ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਉਮੀਦ ਕਰਦਾ ਮੇਰੇ ਭੈਣ ਭਾਈ ਸਾਹਿਬ ਠੀਕ ਹੋਣਗੇ, ਅੱਲਾਹ ਤੈਨੂੰ ਖੁਸ਼ ਰੱਖੇ, ਸ਼ਾਦ ਆਬਾਦ ਰੱਖੇ, ਹਾਰਾਂ ਨਾਲ ਦੁੱਖ ਤਕਲੀਫ ਤੋਂ ਨਿਜਾਤ ਦੇ। ਇਸੇ ਪਿਆਰੀ ਸੇ ਦੁਆ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਵੀ ਆਰ ਨਦਰ ਵਲੌਗ, ਜਿਸ ਤਰ੍ਹਾਂ ਕਿ ਹਰ ਵੀਡੀਓ 'ਚ ਕਹਿ ਰਹੇ ਹਾਂ। ਅੱਛਾ ਜੀ, ਅੱਜ ਸਭ ਤੋਂ ਪਹਿਲੇ ਤਾਂ ਮਾਜ਼ਰਤ, ਸੋਰੀ, ਲੇਟ ਥੋੜ੍ਹਾ ਜਿਹਾ ਵਲੌਗ ਸਟਾਰਟ ਕਰਦੇ ਫਿਰ ਕਿਉਂ ਸਟਾਰਟ ਕਰਦੇ ਫਿਰ ਤੇ ਲੇਟ ਅਤੇ ਉਹ ਵੀ ਇਨਸ਼ਾਅੱਲਾ ਅਸੀਂ ਖੈਰ ਕਰਕੇ ਦੱਸਦੇ। ਸਭ ਤੋਂ ਪਹਿਲੇ ਤਾਂ ਕਿ ਬੇਗਮ ਸਾਹਿਬਾਂ ਨੇ ਨਾ ਮਸ਼ੀਨ ਲਾਈ ਆ, ਮਸ਼ੀਨ ਲਾ ਕੇ ਨਾ ਉਹ ਗੇੜਾ ਆਉਣ ਹੀ ਨਹੀਂ ਦਿਆ। ਅੱਛਾ, ਉਹ ਆ ਗਈ ਨਾ ਜੋ ਉਹਦੇ ਵਿੱਚ ਮਸਲਨ ਚੱਕਰ ਪੂਰਾ ਹੋ ਗਿਆ ਵਾ, ਹੁਣ ਚੱਕਰ ਦੇ ਨਾ ਆਏਗਾ ਅਤੇ ਉਸ ਹਿਸਾਬ ਦੇ ਨਾਲ ਫਿਰ ਚੱਲੇਗੀ। ਅੱਛਾ, ਅੱਲਾ ਖੈਰ ਕਰੇ, ਇਹ ਕੱਪੜੇ ਧੋਣ ਦੇ ਹੀ ਆ ਅਤੇ ਮਿਸਤਰੀ ਮਜ਼ਦੂਰ ਵਗੈਰਾ ਆ ਚੁੱਕੇ ਵਾ, ਲੇਕਿਨ ਹਲੇ ਤਕਰੀਬਨ ਟਾਈਮ ਹੋ ਚੁੱਕਿਆ ਵਾ। ਮੋਬਾਈਲ ਉੱਧਰ ਹੀ ਪਿਆ। ਅੱਛਾ, ਟਾਈਮ ਹੋ ਚੁੱਕਿਆ ਕਮ ਸੇ ਕਮ ਵੀ 10:30 ਦਾ। ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਬਸਕ੍ਰਾਈਬ ਕਰ ਲੈਣ, ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲੈਣ ਤਾਂ ਕਿ ਸਾਡੀ ਹਾਰਾਂ ਵਾਲੀ ਵੀਡੀਓ ਬਾਬਾ ਘੱਟ ਤੱਕ ਪਹੁੰਚਦੀ ਰਹੇ। ਅਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ, ਕਹਿੰਦੀ ਗਫਾਰ ਭਾਈ ਤੁਸੀਂ ਨਾ ਕਾਲੇ ਹੁੰਦੇ ਜਾਂਦੇ, ਰੰਗ ਤੁਹਾਡਾ ਨਾ ਮਤਲਬ ਕਾਲਾ ਹੋ ਰਿਹਾ, ਕਾਲਾ ਅੱਲਾ ਨੂੰ ਪਿਆਰਾ। ਵੈਸੇ ਉਹ ਗੋਡ ਜਿਹਾ ਕੈਮਰੇ ਤੱਕ ਅੱਗੇ ਨਹੀਂ ਆਉਣਾ, ਠੀਕ ਹੈ ਨਾ, ਅੱਲਾ ਨੂੰ ਪਿਆਰਾ ਪਿਆਰਾ ਹੁੰਦਾ ਵਾ ਕਾਲਾ ਰੰਗ, ਠੀਕ ਹੈ ਨਾ। ਲੇਕਿਨ ਅਲਹਮਦੁਲਿਲਾ ਮੇਰਾ ਰੰਗ ਸਾਫ਼ ਸੀ, ਦਵਾਈਆਂ ਖਾ ਖਾ ਕੇ ਢਿੱਡ ਵੀਰ ਦਾ ਇਹ ਹਾਲਾਤ ਹੋ ਗਿਆ, ਠੀਕ ਹੈ ਨਾ। ਦਵਾਈਆਂ ਬਹੁਤ ਖਾਂਦੇ ਵਾਂ, ਠੀਕ ਹੈ ਨਾ, ਦਵਾਈਆਂ ਦਾ ਖਾ ਖਾ ਕੇ ਨਾ ਇਸ ਹਿਸਾਬ ਕਿਤਾਬ। ਔਰ ਪਹਿਲੀ ਤਸਵੀਰ ਹੈ, ਚੈੱਕ ਕਰੋ ਤਸਵੀਰ ਲੱਗੀ ਖੜੀ, ਠੀਕ ਹੈ ਨਾ, ਉਹ ਦੇਖੋ ਕਿ ਪਹਿਲੀ ਤਸਵੀਰ ਦੇ ਉੱਤੇ ਗਫਾਰ ਕਿੱਦਾਂ ਦਾ ਹੁੰਦਾ ਸੀ। ਚਲੋ, ਅੱਛਾ, ਅੱਲਾ ਖੈਰ ਕਰੇ, ਹੁਣ ਉੱਧਰ ਚੱਲਦੇ, ਉੱਧਰ ਜਾ ਕੇ ਦੇਖਦੇ ਕੰਮ ਵਗੈਰਾ ਕਿ ਕਿੰਨਾ ਕੀ ਹੋ ਚੁੱਕਿਆ ਔਰ ਕੀ ਹਿਸਾਬ ਕਿਤਾਬ ਆ, ਠੀਕ ਹੈ ਨਾ। ਬੱਚੇ ਗਏ ਵਾ ਟਿਊਸ਼ਨ ਪੜ੍ਹਨ ਵਾਸਤੇ, ਠੀਕ ਹੈ, ਔਰ ਉਹ ਵੀ ਉਨੀ ਦੇਰ ਨੂੰ ਆ ਜਾਂਦੇ ਅਤੇ ਮੈਂ ਉਧਰੋਂ ਵੀ ਗੇੜਾ ਕੱਢਦਾ ਵਾਂ। ਅਤੇ ਮੈਂ ਚੱਲਦਾ ਵਾਂ ਉੱਧਰ ਮਿਸਤਰੀਆਂ ਦੇ ਸਿਰ 'ਤੇ, ਔਰ ਮਿਸਤਰੀਆਂ ਦੇ ਸਿਰ 'ਤੇ ਜਾ ਕੇ ਦੇਖਦਾ ਵਾਂ ਮਿਸਤਰੀਆਂ ਕੋਲ ਕਿ ਮਸਲਨ ਕੰਮ ਕਿੰਨਾ ਕੀ ਹੋ ਚੁੱਕਿਆ, ਕਿੰਨਾ ਕੀ ਨਹੀਂ। ਔਰ ਤੁਸੀਂ ਸੋਚ ਰਹੇ ਹੋਊਗਾ ਕਿ ਵਲੌਗ ਅੱਜ ਦੇਰ ਨਾਲ ਕਿਉਂ ਸਟਾਰਟ ਕੀਤਾ, ਠੀਕ ਹੈ ਨਾ। ਸਾਨੂੰ ਇੱਕ ਕਮੈਂਟ ਆਇਆ ਸੀਗਾ ਇੱਕ ਸਿਸਟਰ ਦਾ ਕਿ ਬਾਈ ਲੋਹੇ ਦਾ ਦਰਵਾਜ਼ਾ, ਲੋਹੇ ਦੇ ਦਰਵਾਜ਼ੇ ਵਾਸਤੇ ਮੈਂ ਗਿਆ ਸੀਗਾ, ਲੋਹੇ ਦਾ ਦਰਵਾਜ਼ਾ ਬਹੁਤ ਮਹਿੰਗਾ ਬਣਦਾ ਪਿਆ। ਇਹ ਪੱਲੇ ਦਾ ਕੋਈ ਨਹੀਂ ਸੀਗਾ ਕਿ ਇਹ ਪੱਲਾ ਨਿਕਲ ਕੇ ਅੱਗੇ ਲੱਗ ਸਕਦਾ ਸੀਗਾ, ਠੀਕ ਹੈ ਨਾ, ਬਸ ਪਿੱਛੇ ਕਮਰੇ ਨੂੰ। ਇੱਥੇ ਅਸੀਂ ਆਖਿਆ ਚਲੋ ਸਿੰਗਲ ਪੱਲਾ ਨਾ ਲੋਹੇ ਦਾ, ਚਲੋ ਮੈਂ ਪਤਾ ਕਰ ਲੈਂਦਾ ਕਿ ਕਿੰਨੇ ਕੀਦਾ ਵਾ, ਠੀਕ ਹੈ ਨਾ, ਕਿ ਸ਼ਾਇਦ ਉਹ ਸਹੀ ਰਹੇ, ਠੀਕ ਆ। ਲੇਕਿਨ ਬਹੁਤ ਮਹਿੰਗਾ ਸੀਗਾ, ਬਹੁਤ ਜ਼ਿਆਦਾ ਮਹਿੰਗਾ, ਇਸ ਕਰਕੇ ਪੱਲੇ ਨੂੰ ਛੱਡਿਆ। ਕਹਿੰਦੇ ਵੀ ਮਾਸ਼ਾਅੱਲਾ ਇੱਧਰੋਂ ਵਾਰ ਮੁਕੰਮਲ ਹੋ ਚੁੱਕੇ ਵਾ, ਔਰ ਅੱਲਾ ਖੈਰ ਕਰੇ ਵਾਸ਼ਰੂਮ ਦੇ ਵਾਰ ਲੱਗਦੇ ਪਏ। ਅਸਲਾਮ ਅਲੈਕੁਮ, ਕਿੱਦਾਂ ਹਾਲ ਵੀਰ ਜੀ, ਤਬੀਅਤ ਸੇ ਠੀਕ ਆ, ਕਰਦੇ ਪਏ ਕੰਮ? ਚਲੋ, ਅੱਛਾ, ਅੱਲਾ ਖੈਰ ਕਰੇ। ਅਤੇ ਮੈਂ ਜ਼ਰਾ ਨਾ ਸੂਰਜ ਵੀ ਸਾਹਮਣੇ ਪੈਣ ਦੇ, ਇੱਧਰੋਂ ਹੋ ਗਿਆ, ਠੀਕ ਹੈ, ਅੱਲਾ ਖੈਰ ਕਰੇ। ਅਤੇ ਬਾਕੀ ਇਸ ਤੋਂ ਬਾਅਦ ਸਾਧ ਬਾਹਰਲੇ ਹਲੇ ਰਹਿੰਦੇ ਨਾ, ਬਾਹਰਲਾ ਅੱਲਾ ਖੈਰ ਕਰੇ। ਐਤਵਾਰ ਵੀ ਹੋ ਗਈ ਉੱਚੀ, ਠੀਕ ਹੈ ਨਾ, ਮਾਸ਼ਾਅੱਲਾ ਵੀ ਦੀਵਾਰ ਦੇ ਬਾਹਰ ਲੱਗ ਗਏ, ਫਰੰਟ ਰਹਿ ਗਿਆ, ਫਰੰਟ ਦੇ ਉੱਤੇ ਹਲੇ ਲਾਣਾ ਇਹਨਾਂ ਨੇ, ਠੀਕ ਹੈ ਨਾ। ਇੱਧਰੋਂ ਵਾਸ਼ਰੂਮ ਵੀ ਉੱਚਾ ਕਰ ਦਿੱਤਾ, ਔਰ ਇੱਧਰਲੀ ਦੀਵਾਰ ਦੇ ਉੱਤੇ ਵੀ ਨਾ ਜਿਹੜੇ ਵਾਰ ਆਉਂਦੇ ਨਾ ਉਹ ਅੱਲਾ ਖੈਰ ਕਰੇ ਕਿ ਬੰਦਾ ਮਤਲਬ ਨਜ਼ਰ ਨਾ ਆਵੇ ਵਿੱਚ ਖਲੋਤਾ, ਠੀਕ ਹੈ ਨਾ ਸਾਧ, ਹਾਂ, ਬੰਦਾ ਨਜ਼ਰ ਨਾ ਆਵੇ, ਠੀਕ ਹੈ। ਇੱਧਰੋਂ ਵੀ ਅਤੇ ਔਰ ਮਿੱਟੀ ਦੀ ਟਰਾਲੀ ਵਾਲੇ ਨੂੰ ਫੋਨ ਕੀਤਾ, ਔਰ ਫਿਰ ਇੱਕ ਵਾਰੀ ਦੁਬਾਰਾ ਕਰਦਾ ਕਿਉਂਕਿ ਸੁਬਾ ਮੈਂ ਕੀਤਾ ਸੀ ਫੋਨ ਮਿੱਟੀ ਦੀ ਟਰਾਲੀ ਵਾਲੇ ਨੂੰ, ਉਹਨੂੰ ਕਰਦਾ ਹੁਣ ਦੁਬਾਰਾ ਫੋਨ ਅਤੇ ਉਹਨੂੰ ਜਾ ਉਹਨੂੰ ਪੁੱਛਦਾ ਵਾਂ ਕਿ ਮਿੱਟੀ ਦੀ ਟਰਾਲੀ ਇੱਥੇ ਕਿੰਨੀ ਕੁ ਦੇਰ ਤੱਕ ਆਉਂਦੀ ਵਾ। ਮਿੱਟੀ ਦੀ ਟਰਾਲੀ ਇੱਥੇ ਬੂਹੇ ਅੱਗੇ ਲਵਾਵਾਂਗੇ ਤਾਂ ਕਿ ਇੱਥੇ ਮਸਲਨ ਲੱਤ ਉਹ ਹੁੰਦਾ ਰਹੇ, ਚੜ੍ਹਨ ਲੱਥਣ ਦੀ ਨਾ ਜਗ੍ਹਾ ਸੌਖੀ ਹੋ ਜਾਵੇ, ਠੀਕ ਹੈ। ਮੈਂ ਹੁਣ ਨਾ ਉੱਧਰ ਸ਼ਰੀਰ ਥੱਲੇ ਚੱਲਦਾ, ਸ਼ਰੀਰ ਦੀ ਛਾਂ ਥੱਲੇ। ਬਾਬਾ ਜੀ ਅਸਲਾਮ ਅਲੈਕੁਮ, ਕੈਸੇ ਹੋ? ਠੀਕ ਹੋ? ਕਿੱਥੇ ਜਾ ਰਹੇ ਹਾਂ? ਚੀਜ਼ ਲੈਣ? ਇੰਨੀ ਗਰਮੀ ਦੇ ਵਿੱਚ ਚੱਲ ਜਲਦੀ ਆ ਜਾਓ, ਮੇਰੀ ਚਾਹ ਪੱਕਦੀ ਪਈ ਆ। ਚੱਲ ਠੀਕ ਆ, ਜਲਦੀ ਆ ਗਿਆ ਮੇਰੇ ਪੁੱਤ। ਹੈਂ, ਪੱਖੇ ਅੱਗੇ ਆ ਕੇ ਬੈਠਾ, ਕੂਲਰ ਲੱਗਾ ਹੋਇਆ, ਕੂਲਰ ਦੇ ਅੱਗੇ ਆ ਕੇ ਪੈ ਗਿਆ। ਚਲੋ ਸਕੂਨ ਕਰੋ, ਫਿਰ ਸਲਾਮ ਤਾਂ ਕਰ ਲਓ। ਇੱਦਾਂ ਅਸਲਾਮ ਅਲੈਕੁਮ, ਕੈਸੇ ਹੋ? ਤਬੀਅਤ ਸੇ ਠੀਕ ਹੋ? ਕੈਸੇ ਆ, ਕੈਸੇ ਪਸੀਨੇ ਪਸੀਨੇ ਹੋਈ ਪੜੇ ਅਭੀ ਤੱਕ, ਹੈ ਨਾ, ਤੋ ਪਾਣੀ ਪੀ ਲਿਆ? ਚੱਲ ਠੀਕ ਹੈ,
ਸਾਹ ਨਿਕਾਲ ਲਏ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਖਾਣੇ ਦਾ ਟਾਈਮ ਹੋ ਗਿਆ ਸੀ ਬਾਈ ਉਹਨਾਂ ਦਾ, ਅਤੇ ਬਾਹਰਲੀ ਸਾਈਡ 'ਤੇ ਨਾ ਲਾਉਣ ਲੱਗੇ ਸੀ, ਪੈਰ ਅੰਦਰੋਂ ਸਾਰਾ ਕੰਪਲੀਟ ਕਰਕੇ ਬਾਹਰ ਨਿਕਲ ਆਏ। ਔਰ ਮੌਸਮ ਮਾਸ਼ਾਅੱਲਾ ਬਹੁਤ ਪਿਆਰਾ ਮੌਸਮ ਹੋਇਆ ਹੋਇਆ, ਅਤੇ ਅਲੀ ਰਜ਼ਾ ਅਤੇ ਗੁਲਾਮ ਮੁਹੰਮਦ ਦੋਨੋਂ ਨਾ ਲੇਲੀ ਅਤੇ ਲੇਲਾ ਛੱਡ ਕੇ ਨਾ ਖੜ੍ਹੇ ਹੋਏ ਵਾ। ਔਰ ਤੁਸੀਂ ਇੱਥੇ ਖੜ੍ਹੇ ਵਾ? ਅੱਛਾ, ਲੇਲਾ ਲੈ ਲਈ ਅਤੇ ਬੱਕਰੀ ਵੀ ਛੱਡ ਲੈਣੀ ਸੀ। ਅੱਛਾ, ਲੇਲਾ ਬੱਕਰੀ ਜਿਹੜੀ ਆ ਵੱਧਦੀ ਹੋਈ ਹੈ, ਵੈਸੇ ਕਾਫੀ ਦੂਰ ਆ, ਐਂ ਮੈਂ ਜ਼ੂਮ ਕਰਦਾ ਪਹਿਲੇ, ਬੱਕਰੀ ਇੱਧਰ ਵੱਧੀ ਹੋਈ ਆ ਅਤੇ ਇਹ ਇੱਧਰ ਖੜ੍ਹੇ ਹੋਏ ਵਾ। ਚਲੋ, ਅੱਛਾ, ਅੱਲਾ ਖੈਰ ਕਰੇ। ਵਿੱਚ ਨਾ ਜਾਣ ਦੇ ਵਿੱਚੋਂ ਕਿਤੇ ਨਵਾਂ ਖਰਾਬ ਕਰਨਗੇ, ਬਾਹਰ ਕੱਢ ਲਾ ਇਹਨਾਂ ਨੂੰ ਵਿੱਚੋਂ। ਅਤੇ ਚਲੋ, ਅੱਛਾ, ਅਲਹਮਦੁਲਿਲਾ, ਅੱਲਾ ਖੈਰ ਕਰੇ। ਰੋਟੀ ਖਾਣਾ ਖਾਣ ਗਏ ਭਾਈ ਹੁਣੇ, ਖਾਣਾ ਖਾ ਕੇ ਆਉਂਦੇ ਵਾਪਸੀ, ਅਤੇ ਫਿਰ ਇਨਸ਼ਾਅੱਲਾ ਇਹ ਬਾਕੀ ਦਾ ਜਿਹੜਾ ਨਾ ਕੰਮ ਹੈ, ਹੁਣ ਫਰੰਟ ਦਾ ਰਹਿ ਗਿਆ, ਇੱਧਰਲੇ ਵਾਰ ਵੀ ਤਕਰੀਬਨ ਕੰਪਲੀਟ ਹੋ ਚੁੱਕੇ ਆ, ਅਲਹਮਦੁਲਿਲਾ, ਅੱਲਾ ਖੈਰ ਕਰੇ। ਇੱਧਰਲੇ ਵਾਰ ਵੀ ਕੰਪਲੀਟ ਹੋ ਗਏ, ਇੱਧਰਲੇ ਵੀ ਹੋ ਗਏ, ਠੀਕ ਹੈ। ਅਤੇ ਫਿਰ ਦਰਵਾ ਆਉਂਦੇ ਵਾ ਖਾਣਾ ਖਾ ਕੇ, ਅਤੇ ਫਿਰ ਇਨਸ਼ਾਅੱਲਾ ਫਰੰਟ ਦਾ ਜਿਹੜਾ ਇਹ ਰਹਿੰਦਾ ਵਾ, ਫਰੰਟ ਦਾ ਮਸਲ ਨੂੰ ਕਰਵਾਉਂਦੇ ਵਾ, ਠੀਕ ਹੈ। ਕਾਫੀ ਜ਼ਿਆਦਾ ਮਾਸ਼ਾਅੱਲਾ ਹੋ ਗਿਆ, 6 ਫੁੱਟ ਪੜਦਾ ਪੂਰਾ ਹੋ ਗਿਆ, 5 ਫੁੱਟ ਬੰਦੇ ਦਾ ਕੱਦ ਹੁੰਦਾ, 6 ਫੁੱਟ ਤੱਕ ਚਲਾ ਗਿਆ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਅੱਲਾ ਖੈਰ ਕਰੇ। ਇੱਧਰਲਾ ਕੰਮ ਕਰ ਦਿੱਤਾ ਚਾਲੂ, ਮੌਸਮ ਵੀ ਬਹੁਤ ਪਿਆਰਾ ਹੋ ਚੁੱਕਿਆ। ਬਾਬੇ ਹੁਣੇ ਆਪਣਾ ਕਰਦੇ ਪਏ ਵਾ ਪੈਪ ਇਕੱਠਾ, ਅਤੇ ਲੱਗਾ ਰਹਿਣ ਦੇਣਾ ਸੀ ਉੱਥੇ ਕਿ ਨਹੀਂ ਲੱਗਾ ਰਹਿਣ ਦੇਣਾ? ਬਸ ਮੌਸਮ ਕਿਉਂਕਿ ਹੁਣ ਪਲੇਟਾਂ ਜਿਹੜੀਆਂ ਨਾ, ਪਲੇਟਾਂ 'ਤੇ ਕੰਮ ਆ, ਕਿਉਂਕਿ ਮੋਟਰ ਚੱਲਦੀ ਵਾ ਪਲੇਟਾਂ 'ਤੇ, ਪਲੇਟਾਂ ਜਿਹੜੀਆਂ ਲਈਆਂ ਹੋਈਆਂ ਨਾਲ ਹਮਸਾਇਆ ਦੇ ਕੋਲ, ਇਹ ਉਹਨਾਂ ਦਾ ਸਾਹਮਣੇ ਪਲਾਟ ਪਿਆ ਹੋਇਆ ਵਾ ਹਮਸਾਇਆਂ ਦਾ, ਅਤੇ ਹਮਸਾਇਆਂ ਕੋਲੋਂ ਪਲਾਟ ਲਿਆ ਹੋਇਆ, ਮਤਲਬ ਉੱਥੇ ਮੋਟਰ ਲੱਗੀ ਆ, ਉੱਥੇ ਪਲੇਟਾਂ ਲੈ ਕੇ ਨਾ, ਅਤੇ ਮੈਂ ਕਿਹਾ ਚਲੋ ਬਜ਼ੁਰਗਾਂ ਦਾ ਕੰਮ ਚੱਲ ਜਾਵੇ, ਠੀਕ ਹੈ ਨਾ। ਇੱਥੇ ਮਤਲਬ ਤਰਾਈ ਸ਼ਰਾਈ ਵਗੈਰਾ ਨਾ ਲਾਉਂਦੇ ਸੀਗੇ, ਚਲੋ ਜੀ ਅਲਹਮਦੁਲਿਲਾ, ਪਰਲਾ ਪਿੱਲਰ ਜਿਹੜਾ ਲੱਗ ਚੁੱਕਿਆ, ਅੱਲਾ ਖੈਰ ਕਰੇ। ਅਤੇ ਹੁਣ ਉਰਲੀ ਸਾਈਡ 'ਤੇ ਨਾ ਵਾਰ ਜਿਹੜੇ ਉਰਲੀ ਸਾਈਡ 'ਤੇ, ਅਤੇ ਮਾਸ਼ਾਅੱਲਾ ਇੱਥੋਂ ਤਾਂ ਨਜ਼ਰ ਨਹੀਂ ਆ ਰਹੀ ਹੈਗੀ, ਲੇਕਿਨ ਵੈਸੇ ਕੱਪੜਿਆਂ ਤੋਂ ਪਤਾ ਲੱਗਦਾ ਵਾ ਕਿਨਮੇਨ ਜਿਹੜੀ ਬਾਰਿਸ਼ ਜਿਹੜੀ ਚਾਲੂ ਹੋ ਚੁੱਕੀ ਆ, ਅਲਹਮਦੁਲਿਲਾ, ਠੀਕ ਹੈ ਨਾ। ਬਾਰਿਸ਼ ਜਿਹੜੀ ਵਾ ਅਲਹਮਦੁਲਿਲਾ, ਅਲਹਮਦੁਲਿਲਾ ਚਾਲੂ ਹੋ ਚੁੱਕੀ ਵਾ। ਇਹ ਦੇਖੋ ਬਾਰਿਸ਼ ਜਿਹੜੀ ਮਸਲਨ ਹੈ ਹੁਣ, ਇਹ ਦੇਖੋ ਸਾਰੀ ਹਲਕੀ ਹਲਕੀ ਹੈ, ਲੇਕਿਨ ਮੈਂ ਨਾ ਤੇਜ਼ ਨਹੀਂ ਆ ਬਾਰਿਸ਼। ਮਾਸ਼ਾਅੱਲਾ ਵਿਊ ਚੈੱਕ ਕਰੋ, ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਹੀ ਪਿਆਰਾ ਵਿਊ ਹੈ ਜਿਹੜਾ ਪਰਦਾ ਜਿਹੜਾ ਨਾ ਅੱਜ ਦਾ, ਇਹ ਚੜਾਈਆਂ ਫਾਈਨਲ ਕਰਵਾ ਰਹੇ ਕਿ ਅੱਜ ਦੀ ਦਿਨ ਦੇ ਵਿੱਚ ਨਾ ਫਾਈਨਲ ਹੋ ਜਾਵੇ। ਟੱਕ ਟੱਕ ਦੀ ਆਵਾਜ਼ ਆਉਂਦੀ ਹੈ, ਇਹ ਦੇਖੋ ਟੱਕ ਛਟੱਕ, ਠੀਕ ਹੈ। ਅਤੇ ਮਤਲਬ ਬਾਰਿਸ਼ ਕਾਫੀ ਤੇਜ਼ ਹੋ ਰਹੀ ਆ, ਬਾਕੀ ਅੱਲਾ ਖੈਰ ਕਰੇ ਜਿਸ ਤਰ੍ਹਾਂ ਮੇਰੇ ਰੱਬ ਨੂੰ। ਚਲੋ, ਰਹਿਮਤ ਹੋ ਗਈ, ਸੀਮਟ ਢੱਕ ਦੇ ਇੱਥੇ ਰੱਖ ਕੇ ਨਾ, ਉੱਤੇ ਤਸਲਾ ਮੁੱਦਾ ਮਾਰ ਦੇ, ਤਸਲਾ ਮੁੱਦਾ ਮਾਰ ਦੇ, ਢੱਕਿਆ ਜਾਏਗਾ। ਹਾਂ ਬਸ, ਹਾਂ ਕੋਈ ਗੱਲ ਨਹੀਂ, ਢੱਕ ਦੇ, ਕੋਈ ਮਸਲਾ ਨਹੀਂ ਹੈ, ਅੱਲਾ ਖੈਰ ਕਰੇ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਬਾਰਿਸ਼ ਕਾਫੀ ਜ਼ਿਆਦਾ ਹੋਈ ਆ, ਅੱਲਾ ਖੈਰ ਕਰੇ। ਅਤੇ ਟਰਾਲੀ ਵੀ ਸਾਡੀ ਮਿੱਟੀ ਦੀ ਆ ਚੁੱਕੀ ਹੈ ਜਿਹੜੀ ਹੈ ਨਾ, ਅਸੀਂ ਇੱਥੇ ਅਗਲੀ ਸਾਈਡ 'ਤੇ ਸਟਵਾਉਣੀ ਹੈ, ਠੀਕ ਹੈ। ਅਗਲੀ ਸਾਈਡ 'ਤੇ ਇੱਥੇ ਮਿੱਟੀ ਦੀ ਟਰਾਲੀ ਸਟਵਾਉਂਦੇ ਹਾਂ, ਟਰਾਲੀ ਆ ਗਈ ਹੈ। ਬਾਰਿਸ਼ ਪੈਣ ਦੀ ਸੀ, ਮੈਂ ਤਾਂ ਜ਼ਿਆਦਾ ਹੀ ਗਿੱਲਾ ਹੁੰਦਿਆ ਸੀ, ਤਾਂ ਮੈਂ ਉੱਠ ਕੇ ਚਲਾ ਗਿਆ ਸੀ ਘਰ। ਅਤੇ ਇੱਧਰੋਂ ਮਾਸ਼ਾਅੱਲਾ ਬਾਹਰ ਜਿਹੜੇ, ਇਹ ਕੀ ਰੋਕ ਦਿੱਤਾ ਸੀ ਕੰਮ? ਬਾਰਿਸ਼ ਤੇਜ਼ ਹੋ ਗਈ ਸੀ ਨਾ। ਹਾਂ ਚਲੋ, ਅੱਲਾ ਖੈਰ ਕਰੇ, ਆ ਮਸਲਾ ਮਾਸ਼ਾਅੱਲਾ ਆ ਗਈ ਵਾ, ਅਤੇ ਅੱਲਾ ਖੈਰ ਕਰੇ। ਮਿੱਟੀ ਦੀ ਟਰਾਲੀ ਇੱਧਰੋਂ ਇੰਝ ਘੁਮਾ ਦੀ, ਇੰਝ ਦੀ ਟਰਾਲੀ ਜਿਹੜੀ ਹੈ ਨਾ, ਭਰਤੀ ਵਾਸਤੇ ਮਤਲਬ ਦਰਵਾਜ਼ਾ ਵਗੈਰਾ ਉਰਾ ਪਰਾ ਸਾਰਾ ਕੁਛ, ਇਹਦੇ ਵਾਸਤੇ ਮਿੱਟੀ ਦੀ ਟਰਾਲੀ ਅਲਹਮਦੁਲਿਲਾ ਆ ਚੁੱਕੀ ਆ, ਅਤੇ ਅੱਲਾ ਖੈਰ ਕਰੇ। ਹੁਣ ਪਬਲਿਕ ਸਾਈਡ 'ਤੇ ਪੈਲ ਲਾਉਂਦੇ ਤਾਂ ਪਰਲਾ ਟੋਟਾ ਚੱਕਣਗੇ, ਅਤੇ ਇੱਧਰਲਾ ਟੋਟਾ, ਠੀਕ ਹੈ ਨਾ। ਬਾਰਿਸ਼ ਦੇ ਵਿੱਚ ਹੀ ਮਿੱਟੀ ਦੀ ਟਰਾਲੀ ਲੈ ਕੇ, ਕਿਉਂਕਿ ਇਹਨਾਂ ਨੇ ਉੱਥੋਂ ਵਾਪਸੀ ਆਉਣਾ ਸੀ, ਠੀਕ ਹੈ ਨਾ। ਅਤੇ ਮੈਂ ਕਿਹਾ ਸੀ ਆਉਂਦੇ ਹੋਏ ਵਾਪਸੀ ਆਉਂਦੇ ਨਾ, ਤੁਸੀਂ ਆਪਣੀ ਟਰਾਲੀ ਦੀ ਮਿੱਟੀ ਦੀ ਟਰਾਲੀ ਜਿਹੜੀ ਭਰੀ ਦੇਈਏ, ਅਤੇ ਸਾਰੀ ਦੇ ਵਿੱਚ ਮਿੱਟੀ ਉੱਦਾਂ ਹੀ ਆ। ਦੇਖ ਇੱਧਰ, ਉੱਤੇ ਚੜ੍ਹ ਜਾ ਨਾ, ਇਸ ਤਰ੍ਹਾਂ ਕਰ ਨਾ, ਉੱਤੇ ਚੜ੍ਹ ਜਾ, ਠੀਕ ਹੈ ਨਾ। ਕਈ ਲੈ ਜਾ, ਠੀਕ ਹੈ ਨਾ, ਅਤੇ ਇਹ ਉੱਤੇ ਚੁੱਕਦਾ ਵਾ ਅਤੇ ਲਾ ਲਾ, ਠੀਕ ਹੈ। ਹਾਂ ਤੂੰ ਇਹ ਉੱਤੇ ਆਉਂਦਾ ਨਾ, ਕਈ ਲੈ ਕੇ ਤੁਸੀਂ ਇਹ ਨਾ ਤਾਂ ਚੱਕੂਗੇ ਨਾ,
ਠੀਕ ਹੈ ਨਾ, ਇੱਕ ਪੋਲੀ ਕਰ ਦਿੰਦਾ ਤਾਂ ਚੱਕ ਕੇ ਲੱਥ ਜਾਏਗੀ ਸਾਰੀ। ਠੀਕ ਹੈ, ਚਲੋ ਅੱਲਾਹ ਖੈਰ ਕਰੇ। ਇਹ ਅੱਧੀ ਵਾਹਵਾ ਸਾਰੀ ਤਾਂ ਵਿੱਚ ਵਾ, ਕਮ ਸੇ ਕਮ ਵੀ ਜ਼ਿਆਦਾ ਨਹੀਂ ਹੈ ਨਾ, ਅਤੇ ਇੱਕ ਰੇੜੀ ਹੈਗੀ ਸੀ ਵਿੱਚ। ਠੀਕ ਹੈ ਨਾ, ਉਹ ਚਲੋ ਨਿਗਾਹ ਪੈ ਗਈ ਅਤੇ ਮੈਂ ਕਿਹਾ ਇਹ ਤਾਂ ਲਾਓ। ਠੀਕ ਹੈ, ਉਹ ਤਾਂ ਹਿੱਟ ਚੁੱਕ ਸੁੱਟ, ਹਿੱਟ ਚੁੱਕ, ਹਿੱਟ ਚੁੱਕ ਕੇ ਉੱਥੇ ਸਾਈਡ 'ਤੇ ਸੁੱਟੀ, ਕੱਢ ਚੁੱਕ ਉੱਥੇ ਇੱਟਾਂ ਦੇ ਉੱਤੇ ਸਾਈਡ 'ਤੇ ਸੁੱਟ। ਚਲੋ ਅੱਛਾ, ਅੱਲਾਹ ਖੈਰ ਕਰੇ, ਇਹ ਤਾਂ ਹੋ ਗਿਆ ਕੰਮ। ਬਜ਼ੁਰਗੋ ਮਾਸ਼ਾਅੱਲਾ, ਖੁਸ਼ ਹੋ, ਖੁਸ਼ ਹੋ। ਇਹ ਮਿੱਟੀ ਆਪਣੇ ਬੂਹੇ ਦੇ ਅੱਗੇ ਲਵਾ ਲਓ, ਠੀਕ ਹੈ ਨਾ, ਅਤੇ ਇਹ ਹੀ ਲਾ ਦਿੰਦੇ ਵਾ, ਠੀਕ ਹੈ ਨਾ, ਅਤੇ ਕੁਛ ਜਿਹੜੀ ਅੰਦਰ ਪੈਂਦੀ ਉਹ ਅੰਦਰ ਪਵਾ ਲਓ। ਠੀਕ ਹੈ, ਕਿਉਂਕਿ ਬਾਰਿਸ਼ ਵਾ, ਮੌਸਮ ਖਰਾਬ ਹੋ ਰਿਹਾ, ਤਾਂ ਕਿ ਬਾਰਿਸ਼ ਜਿਹੜੀ ਵਾ ਕਿ ਪਾਣੀ ਜਿਹੜਾ ਨਾ ਤੁਹਾਡਾ ਨਿਕਲਦਾ ਬਾਹਰ ਬਣ ਜਾਵੇ। ਠੀਕ ਹੈ ਨਾ, ਚਲੋ ਸਹੀ ਹੈ, ਸਾਡਾ ਟੰਗਿਆ ਗਿਆ। ਇਹਨੂੰ ਇਹਨੂੰ ਸਾਰੀ ਨੂੰ ਲਾ, ਸਾਰੀ ਨੂੰ ਕਈ ਫੜ ਲੈਂਦਾ ਨਾ, ਵੇਲਚਾ ਫੜਿਆ ਵਾ। ਸਹੀ ਹੈ, ਸਹੀ ਹੈ, ਸਹੀ ਹੈ, ਲਾ ਲਾ ਲਾ। ਰੇੜੀ ਪੂਰੀ ਆ, ਥੋੜ੍ਹੀ ਨਹੀਂ ਹੈਗੀ, ਰੇੜੀ ਪੂਰੀ ਵਿੱਚ ਮਿੱਟੀ ਦੀ ਆ। ਨਹੀਂ ਆਉਂਦਾ, ਅਜੇ ਇੱਕ ਹੱਥ ਛੱਡ ਕੇ ਨਾ, ਇੱਕ ਹੱਥ ਨਾਲ ਵੇਲਚਾ ਮਾਰ ਆ ਜਾਣਾ ਥੱਲੇ, ਇੱਕ ਹੱਥ ਪਾ ਲਾ ਇੱਦਾਂ। ਹਾਂ ਇੱਦਾਂ ਇੱਦਾਂ ਮਾਰ, ਆ ਵੇਖ ਨਿਕਲਦੀ ਕਿ ਨਹੀਂ। ਲਓ ਜੀ, ਹੱਥ ਛੱਡ ਦੇ ਉੱਥੋਂ, ਉਹ ਕੁਛ ਵੀ ਨਹੀਂ ਹੁੰਦਾ, ਹੱਥ ਛੱਡ ਦੇ ਬੇਸ਼ੱਕ, ਨਹੀਂ ਆਉਂਦਾ ਨਹੀਂ ਥੱਲੇ ਮੇਰੇ, ਨਹੀਂ ਜਲਦੀ, ਕੋਈ ਗੱਲ ਨਹੀਂ ਕਰਦਾ ਵਿਚਾਰਾ, ਡਰਿਆ ਖੜਾ। ਉਹਦੇ ਟਰਾਲੀ ਵੀ ਸਿੱਧੀ ਖੜੀ ਕੀਤੀ, ਇੱਧਰੋਂ ਹੋ ਕੇ ਦੇਖੋ ਨਾ, ਥੋੜ੍ਹੀ ਕਿ ਥੱਲੇ ਕਰ ਦਿਓ, ਟਰਾਲੀ ਵੀ ਤਾਂ ਸਿੱਧੀ ਖੜੀ ਕੀਤੀ ਹੋਈ ਆ, ਦੇਖੋ ਇੱਦਾਂ ਖੜੀ ਕੀਤੀ ਹੋਈ ਆ, ਥੋੜ੍ਹੀ ਜਿਹੀ ਥੱਲੇ ਆਉਣ ਦੇ, ਥੋੜ੍ਹੀ ਜਿਹੀ ਮਿੱਟੀ ਵਿੱਚ ਉੱਦਾਂ ਹੀ ਖੜੀ ਹੋਈ ਹਲੇ ਵੀ, ਉਹਦੇ ਕੋਲ ਲੱਥਣ ਹੀ ਨਹੀਂ ਦਈ ਹੈਗੀ। ਚਲੋ ਅੱਛਾ, ਅੱਲਾ ਖੈਰ ਕਰੇ, ਟਰਾਲੀ ਤੋਂ ਪੁੱਲ ਉਤਾਰੀ, ਬਸ ਕਰ ਇੱਥੇ ਤਾਂ ਹੋ ਗਏ, ਇੱਧਰ ਹੋ ਗਏ। ਓਏ ਹੁਣ ਤਾਂ ਛੱਡ ਦੇ, ਹੱਥ ਹੁਣ ਕਿਤੇ ਨਹੀਂ ਜਾਂਦੀ। ਹਾਂ ਚੱਲ, ਅਸੀਂ ਤਾਂ ਖੋਲ ਦੇ ਸਾ, ਲਾ ਦੇ। ਬਾਰਿਸ਼ ਵੀ ਮਾਸ਼ਾਅੱਲਾ ਅਲਹਮਦੁਲਿਲਾ ਇੱਕ ਵਾਰੀ ਝੁੱਟੀ ਆਪਣੀ ਲਾ ਚੁੱਕੀ ਆ, ਅੱਲਾ ਖੈਰ ਕਰੇ। ਔਰ ਬਾਰਿਸ਼ ਦੇ ਵਿੱਚ ਦਰਵਾਜ਼ਾ ਖੜਾ ਰਿਹਾ, ਕਿਉਂ ਬਾਬਾ ਜੀ? ਬਜ਼ੁਰਗੋ ਇੱਧਰ ਮੂੰਹ ਕਰੋ ਨਾ ਜ਼ਰਾ ਮੇਰੇ ਵੱਲ ਨੂੰ, ਬਾਰਿਸ਼ ਦੇ ਵਿੱਚ ਦਰਵਾਜ਼ਾ ਖੜਾ ਰਿਹਾ, ਦਰਵਾਜ਼ਾ ਬਾਰਿਸ਼ 'ਚ ਜਾਣ ਵਾਲਾ ਇਹ ਨਹੀਂ ਹਿਲਦਾ, ਐਵੇਂ ਹੀ ਆ, ਠੀਕ ਹੈ ਨਾ? ਹਾਂਜੀ। ਔਰ ਇੱਕ ਸਿਸਟਰ ਦਾ ਕਮੈਂਟ ਆਇਆ ਸੀ ਕਿ ਕਿਤੇ ਨਵਾਂ ਲੋਹੇ ਦੇ ਦਰਵਾਜ਼ੇ ਵਾਸਤੇ, ਮੈਂ ਅੱਗੇ ਗੱਲ ਵੀ ਕੀਤੀ ਆ ਕਿ ਲੋਹੇ ਦੇ ਦਰਵਾਜ਼ੇ ਵਾਸਤੇ ਕਿ ਲੋਹੇ ਦਾ ਪੱਲਾ, ਉਹ ਇਹ ਕੋਈ ਇਹ ਖੁੱਲ੍ਹ ਕੇ ਅੰਦਰਲਾ ਪੱਲਾ ਲੱਗ ਜਾਏਗਾ, ਬਾਹਰ ਲੋਹੇ ਦਾ ਪੱਲਾ ਲੱਗ ਜਾਏਗਾ, ਲੇਕਿਨ ਲੋਹੇ ਦਾ ਪੱਲਾ ਜਿਹੜਾ ਬਹੁਤ ਮਹਿੰਗਾ ਬਣਦਾ ਪਿਆ, ਠੀਕ ਹੈ ਨਾ, ਇਸ ਕਰਕੇ ਸਾਨੂੰ ਇਹ ਸਸਤਾ ਮਿਲਿਆ ਸੀਗਾ ਕਿ ਬਣਿਆ ਬਣਾਈ, ਠੀਕ ਹੈ ਨਾ। ਨਾਲੇ ਜਿਸ ਭੈਣ ਦੀ ਮਤਲਬ ਸੀਗਾ ਨਾ ਕਿ ਉਹਨੇ ਦਰਵਾਜ਼ਾ ਲੈ ਕੇ ਦਿੱਤਾ ਸੀ, ਉਹਨੇ ਫਿਰ ਮਤਲਬ ਮੈਂ ਉਹਨੂੰ ਦੱਸਿਆ ਸੀ ਕਿ ਇੰਨੇ ਦਾ ਉਹ ਪੱਲਾ ਵਾ ਦਰਵਾਜ਼ਾ, ਮਤਲਬ ਚਗਾਟ ਸਮੇਤ, ਠੀਕ ਹੈ ਨਾ, ਅਤੇ ਉਹਨੇ ਹਾਮੀ ਭਰੀ ਸੀ, ਹਲੇ ਅੱਲਾ ਖੈਰ ਕਰੇ ਉਹਨਾਂ ਨਾਲ ਮਤਲਬ ਹਿਸਾਬ ਕਿਤਾਬ ਹੈਗਾ ਵਾ, ਠੀਕ ਹੈ, ਉਸ ਭੈਣ ਦੇ ਨਾਲ, ਅਤੇ ਬਾਕੀ ਉਹਨਾਂ ਨੇ ਹਾਮੀ ਭਰੀ ਸੀ ਕਿ ਚੁੱਕ ਇਹ ਮੰਗਵਾ ਲਓ ਤੁਸੀਂ ਆਪਣੇ ਕੋਲੋਂ ਨਾ, ਬਿਆਨਾ ਦੇ ਦਿਓ, ਬਿਆਨਾ ਦੇ ਕੇ ਆਇਆ ਹੋਇਆ ਹਲੇ ਇਸ ਪੱਲੇ ਦੇ ਪੈਸੇ ਦੇਣ ਵਾਲੇ, ਅਸੀਂ ਦੇਣੇ ਹਲੇ, ਠੀਕ ਹੈ ਨਾ, ਅਤੇ ਬਾਕੀ ਕੋਈ ਨਹੀਂ। ਜੇ ਅਗਰ ਮਸਲਨ ਲੋਹੇ ਵਾਲਾ ਜਿਸ ਤਰ੍ਹਾਂ ਕਿ ਭੈਣ ਨੇ ਉਹ ਕਮੈਂਟ ਕੀਤਾ ਸੀਗਾ, ਠੀਕ ਹੈ ਨਾ, ਕਿ ਲੋਹੇ ਵਾਲਾ ਪੱਲਾ ਹੋਣਾ ਚਾਹੀਦਾ, ਅਗਰ ਉਹਨਾਂ 'ਚ ਪਹੁੰਚ ਹੈ ਅਤੇ ਰਾਬਤਾ ਕਰ ਲੈਣ, ਤਾਂ ਮੈਂ ਇਨਸ਼ਾਅੱਲਾ ਦੱਸ ਦੇਵਾਂਗਾ ਔਰ ਪਰਚੀ ਬਿੱਲ ਦੇ ਦੇਵਾਂਗਾ ਕਿ ਕਿੰਨੇ ਦਾ ਇਹ ਪੱਲਾ ਬਣਦਾ ਵਾ, ਠੀਕ ਹੈ, ਅਤੇ ਪੱਲਾ ਜਿਹੜਾ ਵਾ ਇਹ ਕਢਵਾ ਕੇ ਅਸੀਂ ਅੰਦਰਲੇ ਕਮਰੇ ਨੂੰ ਲਵਾ ਦਾਂਗੇ, ਇੱਥੇ ਜਿਹੜਾ ਲੋਹੇ ਦਾ ਪੱਲਾ ਲੱਗ ਜਾਏਗਾ। ਮਾਸ਼ਾਅੱਲਾ ਜੀ, ਅਲਹਮਦੁਲਿਲਾ, ਫਰੰਟ ਹੋ ਚੁੱਕਿਆ, ਅੱਲਾ ਖੈਰ ਕਰੇ, ਕੰਪਲੀਟ ਹੈ। ਦੇਖੋ ਉੱਤੇ ਨਾ ਸਲੇਪ ਨਾ ਰੱਖਣੀ ਵਾ, ਉਹ ਥਪਾਵਾਂਗੇ, ਬੱਤਾਂ 'ਤੇ ਫੇਰ ਰੱਖਾਂਗੇ, ਠੀਕ ਹੈ ਨਾ, ਹਲੇ ਬੱਤਾਂ ਨਹੀਂ ਥੱਪਦੇ ਪਏ ਕਿਉਂਕਿ ਹਲੇ ਬਜਰੀ ਕੋਈ ਹੈਗੀ, ਠੀਕ ਹੈ, ਅਤੇ ਬਾਕੀ ਇਨਸ਼ਾਅੱਲਾ ਅੱਲਾ ਖੈਰ ਕਰੇ, ਫਰੰਟ ਹੈ ਜਿਹੜਾ ਕੰਪਲੀਟ ਹੋ ਗਿਆ, ਇਧਰਲੀ ਦੀਵਾਰ ਵੀ ਕੰਪਲੀਟ ਹੋ ਗਈ, ਠੀਕ ਹੈ ਨਾ। ਸਾਜੀ ਇਧਰੋਂ ਮੁਕੰਮਲ ਹੋ ਗਿਆ, ਅੰਦਰੋਂ ਦੀਵਾਰ ਰਹਿੰਦੇ ਹਲੇ। ਅੱਛਾ ਚਲੋ, ਅੱਲਾ ਖੈਰ ਕਰੇ, ਇਹ ਕਰੋ, ਅਤੇ ਹੁਣ ਅੰਦਰਲੀ ਸਾਈਡ 'ਤੇ ਵੀ ਜਾਂਦਾ ਵਾ, ਅੰਦਰਲੀ ਸਾਈਡ ਤੋਂ ਵੀ ਦਿਖਾਉਂਦਾ ਵਾ। ਕੁੱਟਲਾ ਕੁੱਟਲਾ ਰੋੜੀ ਕੁੱਟਲਾ, ਤੇਰਾ ਹੀ ਫਾਇਦਾ, ਜਲਦੀ ਕੁੱਟਲਾ, ਠੀਕ ਹੈ ਨਾ, ਪੈ ਜਾਏਗੀ। ਅਤੇ ਇਹ ਜਿਹੜੇ ਨਾ ਵਾਰ ਰਹਿੰਦੇ ਨਾ, ਇਹ ਵਾਰ ਨਾ ਕੰਪਲੀਟ ਕਰਵਾ ਰਹੇ ਅੰਦਰਲੀ ਸਾਈਡ ਤੋਂ,
ਠੀਕ ਹੈ। ਔਰ ਇਹ ਇੱਥੋਂ ਲਿਆ ਕੇ ਨਾ ਇਸ ਤਰ੍ਹਾਂ, ਵੈਸੇ ਤਾਂ ਇਹਨਾਂ ਦੀ ਮੈਂ ਦਿਖਾਉਂਦਾ ਪਿਛਲੀ ਸਾਈਡ 'ਤੇ ਮਕਾਨ ਦੀ ਜਗ੍ਹਾ ਮੈਂ ਦਿਖਾਈ ਸੀਗੀ ਕਿ ਇਹ ਦੇਖੋ ਇਹਨਾਂ ਦੀ ਮਕਾਨ ਦੀ ਜਗ੍ਹਾ ਪਿੱਛੇ ਪਈ ਹੋਈ ਆ, ਇਹ ਦੀਵਾਰ ਢਵਾ ਕੇ ਪਿੱਛੇ ਨੂੰ ਲੈ ਕੇ ਜਾਣੀ ਸੀ, ਠੀਕ ਹੈ ਨਾ, ਲੇਕਿਨ ਇੱਥੇ ਨਾ ਇੱਟ ਪੂਰੀ ਹੋਣ ਦੀ ਵਾ, ਠੀਕ ਹੈ ਨਾ, ਕਿਉਂਕਿ ਮੁੱਢ 'ਚ ਉਤਾਰ ਕੇ ਸਾਰਾ ਲੈ ਕੇ ਆਏ ਵਾ, ਇਹ ਵੀ ਦੁਬਾਰਾ, ਠੀਕ ਹੈ ਨਾ, ਇਹ ਵੀ ਆ ਵਾਸ਼ਰੂਮ ਵਗੈਰਾ ਵੀ, ਠੀਕ ਹੈ ਨਾ, ਸਾਰਾ, ਠੀਕ ਹੈ ਨਾ, ਵਾਸ਼ਰੂਮ ਥੱਲੇ ਸੀ ਇਹਨਾਂ ਨੇ ਇੰਨੀ ਕੁ ਚੜਾਈ ਲਾਈ, ਮੈਂ ਕਿਹਾ ਨਹੀਂ ਹੋਰ ਉੱਚਾ ਕਰੋ ਇਹਨੂੰ, ਠੀਕ ਹੈ ਨਾ, ਫਿਰ ਇੱਧਰਲੀ ਦੀਵਾਰ ਵੀ ਲੈ ਕੇ ਆਏ, ਠੀਕ ਹੈ ਨਾ, ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ ਪੜਦਾ ਇਹਨਾਂ ਦਾ ਸਾਰਾ ਕੰਪਲੀਟ ਹੋ ਗਿਆ। ਲੇਕਿਨ ਇਸ ਦੀਵਾਰ ਦਾ ਸੀਗਾ ਮੇਰਾ ਕਿ ਇਹ ਦੀਵਾਰ ਜਿਹੜੀ ਪੱਟ ਕੇ ਨਾ ਪਿੱਛੇ ਚੱਲ ਜਾਂਦੀ ਇਸ ਜਗ੍ਹਾ 'ਤੇ, ਉਸ ਜਗ੍ਹਾ ਤੋਂ ਨਾ ਇਸ ਤਰ੍ਹਾਂ ਆਪਣੀ ਕਮਰੇ ਦੀ ਨਾ ਜਗ੍ਹਾ ਜਿਹੜੀ ਹੈ ਨਾ ਇਹ ਮਤਲਬ ਘੇਰ ਲੈਂਦੇ, ਠੀਕ ਹੈ ਨਾ। ਲੇਕਿਨ ਅੱਲਾ ਖੈਰ ਕਰੇ, ਹੋ ਸਕਦਾ ਇਨਸ਼ਾਅੱਲਾ, ਬਾਕੀ ਕਰਦੇ ਪਏ ਹਲੇ, ਠੀਕ ਹੈ ਨਾ, ਜੇਕਰ ਹੋਇਆ ਤਾਂ ਫਿਰ ਇਨਸ਼ਾਅੱਲਾ, ਕਿਉਂਕਿ ਹਲੇ ਇੱਟ ਇਹਨਾਂ ਦੀ ਚਲੇ ਵਗੈਰਾ 'ਤੇ ਵੀ ਲੱਗਣੀ ਵਾ, ਉੱਥੇ ਚਲਾ ਬੰਨਣਾ ਵਾ, ਚਲੇ 'ਤੇ ਵੀ ਲੱਗਣੀ, ਚਲੇ 'ਤੇ ਵੀ ਕਾਫੀ ਜ਼ਿਆਦਾ ਇੱਟ ਲੱਗ ਜਾਣੀ ਵਾ, ਠੀਕ ਹੈ ਨਾ, ਚਲਾ ਸਾਲਾ ਤੋਂ ਚਲਾ ਵੀ ਬੰਨਣਾ ਵਾ, ਠੀਕ ਹੈ, ਅਤੇ ਔਰ ਇਸ ਇਹਦੇ ਵਾਸ਼ਰੂਮ 'ਤੇ ਵੀ ਇੱਟ ਲੱਗਣੀ ਵਾ, ਠੀਕ ਹੈ ਨਾ, ਇਹਦੇ ਵੀ ਅਗਲੀ ਸਾਈਡ 'ਤੇ ਨਾ ਲਾ ਕੇ ਅਤੇ ਵਿੱਚ ਮਿੱਟੀ ਪਾ ਕੇ ਰੋੜੀ ਰੂੜੀ ਪਾ ਕੇ ਇਹਨੂੰ ਕੱਚਾ ਵਗੈਰਾ ਕਰਾਉਣਾ ਅਤੇ ਉਹਦੀ ਸਲੇਬ ਵਗੈਰਾ, ਮਤਲਬ ਇੱਦਾਂ ਦਾ ਮਤਲਬ ਕਾਫੀ ਜ਼ਿਆਦਾ ਕੰਮ ਪਿਆ ਵਾ। ਫਿਰ ਦੇਖਾਂਗੇ ਜੇ ਅਗਰ ਬਣਿਆ ਚੇਲਾ ਕਰਕੇ ਇਹਨੂੰ ਫਿਰ ਧਵਾ ਕੇ ਪਿੱਛੇ ਨੂੰ ਕਰਵਾ ਦਾਂਗਾ, ਫਿਰ ਲਾ ਲੈਂਦੇ ਅਤੇ ਵਾਰ ਦੇ ਕੇ ਪਰਦਾ ਮੁਕੰਮਲ ਕਰਵਾਉਣ ਲੱਗੇ ਹਾਂ, ਕਿਉਂਕਿ ਬੱਚੀ ਅਲਹਮਦੁਲਿਲਾ ਇਹਨਾਂ ਦੀ ਘਰ ਆ ਚੁੱਕੀ, ਅੱਲਾ ਖੈਰ ਕਰੇ, ਇਹਨਾਂ ਨੇ ਆਪਣੇ ਬੱਚੀ ਨਾ ਲੈ ਆਏ, ਠੀਕ ਹੈ। ਅਤੇ ਬਾਕੀ ਇੱਧਰਲੇ ਹੁਣ ਨਾ ਇੱਧਰਲੀ ਸਾਈਡ ਤੋਂ ਆ ਦੇਖੋ, ਹੁਣ ਇੱਥੇ ਖਲੋਤੇ ਨਾ, ਠੀਕ ਹੈ, ਪਹਿਲੇ ਬਾਹਰ ਨਜ਼ਰ ਹੁੰਦਾ ਸੀ, ਠੀਕ ਹੈ ਨਾ, ਹੁਣ ਉਹ ਜਿਵੇਂ ਬਾਹਰ ਆ ਰਹੇ ਹਲੇ ਹਲੇ ਕੰਪਲੀਟ ਇਹਦੇ ਉੱਤੇ ਬਾਹਰ ਲੱਗਦੇ ਪਏ ਵਾ, ਠੀਕ ਹੈ ਨਾ, ਫਿਰ ਕੋਈ ਸ਼ੈ ਨਹੀਂ ਬਾਹਰੋਂ ਨਜ਼ਰ ਆਉਂਦੀ ਹੈਗੀ। ਹਾਂਜੀ ਤੁਸੀਂ ਵੀ ਮਗਰ ਆ ਗਏ ਹੈਂ, ਅਤੇ ਤੁਸੀਂ ਕਾਹਤੋਂ ਆ ਗਏ, ਖੈਰ ਆ ਹੈਂ, ਚਲੋ ਅੱਛਾ, ਅੱਲਾ ਖੈਰ ਕਰੇ। ਅਤੇ ਇੱਧਰੋਂ ਰੋੜੀ ਅਲੀ ਨੂੰ ਲਾਇਆ ਹੋਇਆ ਵਾ, ਕਿੱਦਾਂ ਨਵਾਂ ਇਹਨਾਂ ਦੇ ਬੇਟਾ, ਉਹਦਾ ਨਾਮ ਅਲੀ ਆ, ਉਹਨੂੰ ਲਾਇਆ ਹੋਇਆ ਵਾ ਕਿ ਕੁੱਟ ਕੇ ਨਾ ਇੱਥੇ ਮਤਲਬ ਚਲੇ ਵਗੈਰਾ ਵਾਸਤੇ ਨਾ ਸਾਰੀ ਇੱਧਰੋਂ ਨਾ ਮਤਲਬ ਪੂਰੀ ਹੋ ਜਾਵੇ, ਚਲੇ ਦੀ ਵੀ ਅਤੇ ਵਾਸ਼ਰੂਮ ਵਗੈਰਾ ਦੀ, ਇੱਧਰੋਂ ਰੋੜੀ ਰੂੜੀ ਵਗੈਰਾ ਮਾਸ਼ਾਅੱਲਾ ਸਾਰੀ ਇਹਨਾਂ ਕੰਪਲੀਟ ਹੋ ਜਾਵੇ। ਚਲੋ ਅੱਛਾ, ਅੱਲਾ ਖੈਰ ਕਰੇ, ਕਿਉਂਕਿ ਕਾਫੀ ਜ਼ਿਆਦਾ ਨਹੀਂ ਰੋੜੀ ਇਹਨਾਂ ਦੀ ਕਾਫੀ ਜ਼ਿਆਦਾ ਪਈ, ਅਤੇ ਮਿੱਟੀ ਦੀ ਟਰਾਲੀ ਜਿਵੇਂ ਬਾਹਰ ਸਟਾਈ ਵਾ ਉਹ ਫਿਰ ਇਨਸ਼ਾਅੱਲਾ ਕੁਛ ਇੱਥੇ ਲੱਗ ਜਾਏਗੀ, ਕੁਛ ਜਿਹੜੀ ਇਸ ਜਗ੍ਹਾ 'ਤੇ ਆ ਜਾਏਗੀ, ਮਤਲਬ ਇੱਧਰ ਨਾ ਇਹ ਜਿੱਥੇ ਪੈਣ ਵਾਲੀ ਮਿੱਟੀ ਉੱਥੇ ਉੱਥੇ ਮਿੱਟੀ ਇਹ ਨਾ ਆਪਣੀ ਚੁੱਕ ਕੇ ਨਾ ਪੂਰੀ ਕਰਵਾ ਲੈਣਗੇ, ਠੀਕ ਹੈ ਨਾ, ਜਿੱਥੇ ਜਿੱਥੇ ਕਹਿਣਗੇ ਉੱਥੇ ਉੱਥੇ ਸਟਵਾ ਕੇ ਨਾ ਪੂਰੀ ਹੋ ਜਾਏਗੀ, ਕਿਉਂਕਿ ਵਾਸ਼ਰੂਮ ਵਿੱਚ ਵੀ ਹਲੇ ਮਿੱਟੀ ਥੋੜ੍ਹੀ ਜਿਹੀ ਜਾਣੀ ਹੈ। ਚਾਏ ਲੈ ਕੇ ਆ ਗਿਆ, ਚਲੋ ਦੋ ਫਿਰ ਚਾਏ, ਚਾਏ ਆ ਗਈ, ਪਹਿਲੇ ਚਾਏ ਪੀ ਲਓ। ਅੱਛਾ ਜੀ, ਅੱਲਾ ਖੈਰ ਕਰੇ, ਮਾਸ਼ਾਅੱਲਾ ਅਲਹਮਦੁਲਿਲਾ, ਚਾਏ ਵਗੈਰਾ ਆ ਚੁੱਕੀ ਆ, ਸਮੀਲਾ ਚਾਏ ਲੈ ਕੇ ਆ ਗਿਆ, ਠੀਕ ਹੈ। ਔਰ ਆ ਜਾਓ, ਚਾਏ ਕਿਹਨੇ ਕਿਹਨੇ ਪੀਣੀ ਆ, ਚਾਏ ਮੇਰੀ ਲੈਂਦੀ ਕਿਤੇ, ਅੱਜ ਥੋੜ੍ਹੀ ਮੇਰੀ ਆ, ਚੱਲ ਮੈਨੂੰ ਤਾਂ ਦੇ ਫਿਰ, ਅੱਲਾ ਖੈਰ ਕਰੇ ਅੰਦਰੋਂ। ਹਾਂਜੀ ਸਾਹ ਜੀ, ਚੜਾਈਆਂ ਮੁਕੰਮਲ ਹੋ ਚੁੱਕੀਆਂ, ਹੋ ਗਈਆਂ, ਫਿਰ ਸਾਹ ਇੱਧਰਲੇ ਤਾਂ ਤਿੰਨ ਵਾਰ ਦਿੰਦੇ ਹੈਂ, ਹੈਂ ਹਫ਼ਤੇ ਵਾਲੇ ਦਿਨ, ਅੱਛਾ ਚਲੋ ਅੱਲਾ ਖੈਰ, ਅੱਛਾ ਚਲੋ ਅੱਛਾ, ਅੱਲਾ ਖੈਰ ਕਰੇ। ਮਾਸ਼ਾਅੱਲਾ ਅਲਹਮਦੁਲਿਲਾ, ਇੱਧਰਲਾ ਪੜਦਾ ਵੀ ਇਹ ਦੇਖੋ, ਹੁਣ ਮੈਂ ਘਰ 'ਚ ਫਿਰਦਾ ਨਾ ਅਤੇ ਕਿਤੇ ਨਜ਼ਰ ਨਹੀਂ ਆਵਾਂਗਾ, ਬਾਹਰਲਾ ਬਾਜ਼ਾਰ ਵੀ ਇੱਧਰ ਨੂੰ ਉੱਕੇ ਵਾਲੀ ਰਜ਼ਾ ਦੇਖ, ਇੱਧਰ ਨੂੰ ਉੱਕੇ ਆਵਾਂਗਾ, ਬਾਹਰ ਨਜ਼ਰ ਨਹੀਂ ਆਵਾਂਗਾ, ਠੀਕ ਹੈ ਨਾ। ਇੱਧਰਲਾ ਪੜਦਾ ਵੀ ਕੰਪਲੀਟ ਬਿਲਕੁਲ ਹੋ ਗਿਆ ਕਿ ਬਾਹਰ ਮਤਲਬ ਬਾਜ਼ਾਰ ਵਗੈਰਾ ਕੋਈ ਸ਼ੈ ਨਜ਼ਰ ਨਹੀਂ ਆਏਗੀ, ਠੀਕ ਹੈ ਨਾ। ਵਾਸ਼ਰੂਮ ਦੇ ਇੱਥੇ ਤੱਕ ਵਾਰ ਲੱਗ ਗਏ ਵਾ, ਠੀਕ ਹੈ ਨਾ, ਇਹ ਵਾਰ ਲੈ ਗਿਆ, ਅਤੇ ਇੱਧਰ ਲੈ ਕੇ ਜਾ ਕੈਮਰਾ ਜ਼ਰਾ, ਪੜਦਾ ਕੰਪਲੀਟ, ਬਾਹਰਲਾ ਵੀ ਪੜਦਾ ਕੰਪਲੀਟ ਹੋ ਗਿਆ। ਦਰਵਾਜ਼ਾ ਜਿਹੜਾ ਵਾ ਉਹ ਹਲੇ ਨਹੀਂ ਮਿਲਣਾ ਹੈਗਾ, ਕਿਉਂ, ਕਿਉਂਕਿ ਹਲੇ ਹੈ ਤਾਜ਼ਾ,
ਅੱਜ ਦੀ ਰਾਤ ਸਿਰਫ ਕੱਢੂਗੇ, ਸਵੇਰੇ ਜਿਵੇਂ ਮਰਜ਼ੀ ਕੁੰਡੀ ਲਾ ਲੈਣਗੇ ਔਰ ਇਨਸ਼ਾਅੱਲਾ ਅੱਲਾ ਖੈਰ ਕਰੇ ਰਹੀ ਜ਼ਿੰਦਗੀ, ਠੀਕ ਹੈ ਨਾ। ਅਤੇ ਇਹ ਪੱਲਾ ਜਿਹੜਾ ਉਤਰ ਕੇ, ਕਿਉਂਕਿ ਇਹ ਪੱਲਾ ਹੋ ਜਾਏਗਾ ਅੰਦਰਲੇ ਕਮਰੇ ਨੂੰ ਲੱਗ ਜਾਏਗਾ ਇਹ ਜਿਹੜਾ ਪੱਲਾ, ਠੀਕ ਹੈ ਨਾ। ਇੱਥੇ ਲਿਆ ਕੇ ਜਿਸ ਤਰ੍ਹਾਂ ਕਿ ਕਮੈਂਟ ਆਇਆ ਸੀਗਾ ਕਿ ਲੋਹੇ ਦਾ ਦਰਵਾਜ਼ਾ, ਇੱਥੇ ਲੋਹੇ ਦਾ ਦਰਵਾਜ਼ਾ ਲਾ ਦਾਂਗੇ, ਲੇਕਿਨ ਜਾਂਦਾ ਇਹ ਵੀ ਕੋਈ ਨਹੀਂ ਹੈ, ਇਹ ਵੀ ਪੱਕਾ ਵਾ, ਇਹਨੂੰ ਕੋਈ ਮਤਲਬ ਹਲਕੀ ਫੁਲਕੀ ਲੱਕੜ ਨਹੀਂ ਹੈ ਕਿ ਮਸਲ ਐਵੇਂ ਹੀ ਚੱਲ ਜਾਏਗਾ। ਇਹ ਵੀ ਜ਼ਾਹਰੀ ਸੀ ਗੱਲ ਆ ਕਿ ਜਿੱਥੇ ਲੱਗਾ ਸੀ ਉੱਥੇ ਅਰਸਾ ਕੱਢ ਕੇ ਆਇਆ ਹੋਇਆ ਵਾ, ਠੀਕ ਹੈ ਨਾ। ਲੇਕਿਨ ਚਲੋ ਬਹਰਹਾਲ ਮਾਂ ਜੀ ਦਾ ਕਹਿਣ ਆ ਕਿ ਇਹ ਦਰਵਾਜ਼ਾ ਜਿਹੜਾ ਤੁਸੀਂ ਅੰਦਰ ਕਰਵਾ ਦਿਉ ਅਤੇ ਬਾਹਰ ਜਿਹੜਾ ਲੋਹੇ ਦਾ ਉਹ ਇਨਸ਼ਾਅੱਲਾ ਅੱਲਾ ਖੈਰ ਕਰੇ ਉਹ ਕਰਾਂਗੇ, ਠੀਕ ਹੈ ਨਾ। ਇਹ ਦਰਵਾਜ਼ਾ ਪਿਆ ਵਾ, ਇਹ ਦਰਵਾਜ਼ਾ ਚੁੱਕ ਕੇ ਇਧਰ ਵਾਸ਼ਰੂਮ ਵੱਲ, ਕੈਮਰਾ ਬਾਹਰ ਪਿੱਛੇ ਹੋ ਕੇ, ਇਹ ਵਾਸ਼ਰੂਮ ਵੱਲ ਲੱਗਣਾ ਹਾਲੇ। ਇਹਦੇ ਉੱਤੇ ਥੋੜ੍ਹੇ ਜਿਹੇ ਵਾਰ ਰਹਿੰਦੇ ਵਾ, ਇਹਦੇ ਵਾਰ ਵੀ ਲੱਗਣਗੇ ਔਰ ਇਹਦਾ ਫਰਜ਼, ਇਹਦਾ ਫਰਜ਼ ਵਗੈਰਾ ਰਹਿ ਗਿਆ। ਔਰ ਇਹਦੇ ਉੱਤੇ ਵਾਸਤੇ ਸਲੇਪ ਔਰ ਮਿੱਟੀ ਟਰਾਲੀ, ਜਿਸ ਤਰ੍ਹਾਂ ਕਿ ਮੈਂ ਬਾਹਰ ਲੈ ਕੇ ਆਇਆ, ਲੈ ਕੇ ਕੈਮਰਾ ਬਾਹਰ ਲੈ ਕੇ ਆਇਆ ਵਾ, ਠੀਕ ਹੈ ਨਾ। ਇਹਦਾ ਫਰਸ਼ ਵਗੈਰਾ ਰਹਿ ਗਿਆ ਵਾ, ਇਹਦਾ ਫਰਸ਼ ਵੀ ਇਨਸ਼ਾਅੱਲਾ ਸੁਬਹਾ ਹੈਗਾ ਜੁਮਾ ਹਫ਼ਤੇ ਵਾਲੇ ਦਿਨ ਇਹਦਾ ਫਰਸ਼ ਹੋਏਗਾ, ਬਾਹਰ ਲੈ ਕੇ ਆਵੇਗੀ। ਔਰ ਕਿਹਦਾ ਨਾਮ ਆ, ਇਹ ਹੈਗੀ ਮਿੱਟੀ ਦੀ ਟਰਾਲੀ ਅਤੇ ਇਹ ਹੈਗੀ ਰਹਿ ਗਈ ਇੱਟ, ਠੀਕ ਹੈ ਨਾ। ਥੋੜ੍ਹੀ ਜਿਹੀ ਇੱਟ ਰਹਿ ਗਈ, ਇੱਟ ਮਤਲਬ ਸਾਰੀ ਲੱਗ ਚੁੱਕੀ ਆ, ਬਸ ਇਹ ਥੋੜ੍ਹੀ ਜਿਹੀ ਰਹਿ ਗਈ। ਕਿਉਂ? ਕਿਉਂਕਿ ਇਹ ਜਿਹੜੀ ਮਿੱਟੀ ਹੈ, ਮਿੱਟੀ ਜਿਹੜੀ ਅੰਦਰ ਕਰ ਲੈ, ਪਿੱਛੇ ਹੋ ਜਾ ਵੀ ਜਿਹੜਾ ਕੈਮਰਾ ਲੈ ਕੇ ਇੱਧਰ ਨੂੰ ਹੋ ਜਾ, ਠੀਕ ਹੈ ਨਾ। ਉਹ ਇਹ ਇੱਟ ਜਿਹੜੀ ਆ ਇਹ ਵਾਰ ਰਹਿ ਗਏ ਵਾ, ਠੀਕ ਹੈ ਨਾ। ਇਹ ਜਦੋਂ ਵਾਰ ਲੱਗਣਗੇ ਨਾ, ਇਹ ਵਾਰ ਰਹਿ ਗਏ, ਕੁਛ ਜਿਹੜੇ ਉੱਪਰੇ ਵਾਸ਼ਰੂਮ ਤੋਂ ਦਿਖਾਓ ਉਹ ਵਾਰ ਰਹਿ ਗਏ, ਉਹਨਾਂ 'ਤੇ ਇਹ ਹੋ ਜਾਣੀ ਕੰਪਲੀਟ। ਉਹ ਇੱਟ ਵਾਲਾ ਹੋ ਗਿਆ ਸਾਡਾ ਕੰਮ ਖਤਮ, ਪੜਦਾ ਮਸਲਨ ਸੇਫ ਹੋ ਗਿਆ। ਲੇਕਿਨ ਫਿਰ ਵੀ ਅਸੀਂ ਜਿਸ ਤਰ੍ਹਾਂ ਕਿਹਾ ਹੋਇਆ ਵਾ ਉਸ ਤਰੀਕੇ ਉਹ ਪੱਲਾ ਇੱਕ ਵਾਰੀ ਇਹਨੂੰ ਲਿਆ ਕੇ ਲਾਵਾਂਗੇ, ਠੀਕ ਹੈ ਨਾ। ਉਹ ਪੱਲਾ ਇੱਥੇ ਲਾਵਾਂਗੇ, ਬਾਹਰਲਾ ਜਿਹੜਾ ਪੱਲਾ ਤਬਦੀਲ ਕਰਾਂਗੇ, ਠੀਕ ਹੈ। ਤਰ੍ਹਾਂ ਕਿ ਵੀਡੀਓ ਮੈਂ ਪਾਈ ਵਾ ਅਤੇ ਔਰ ਅੱਲਾ ਨੇ ਸੁਣ ਲਈ ਇਹਨਾਂ ਦੀ, ਅਤੇ ਮਾਸ਼ਾਅੱਲਾ ਪੜਦਾ ਵਗੈਰਾ ਹਾਲਾਂਕਿ ਉਸੇ ਤਰ੍ਹਾਂ ਹੀ ਬੈਠੇ ਸੀਗੇ, ਠੀਕ ਹੈ ਨਾ। ਹੁਣ ਅਲੀ ਦਾ ਐਨ ਘੁਮਾ ਕੇ ਬਾਹਰ ਨੂੰ ਮਾਰ ਕੇ ਬਾਹਰੋਂ ਕੋਈ ਸ਼ੈ ਨਜ਼ਰ ਆਉਂਦੀ, ਪਰ ਇਹ ਇੱਧਰ ਦੀ ਘੁਮਾ ਗਿਆ, ਇੱਧਰ ਕਿਉਂਕਿ ਬੈਠੇ ਹੋਏ ਆ। ਇਹ ਦੇਖੋ ਬਾਹਰੋਂ ਕੋਈ ਸ਼ੈ ਨਹੀਂ ਮਤਲਬ ਨਜ਼ਰ ਆਉਂਦੀ, ਇੱਧਰਲੀ ਸਾਈਡ ਹੋ ਗਈ, ਠੀਕ ਹੈ ਨਾ। ਪਰ ਜਿਵੇਂ ਮਰਦਾ ਬੇਪੜਦ ਬੈਠੇ ਹੋਏ ਸੀਗੇ ਉਹ ਪੜਦਾ ਸੇਫ ਹੋ ਚੁੱਕਿਆ, ਬੱਚੀ ਵੀ ਇਹਨਾਂ ਦੀ ਘਰ ਆ ਗਈ ਅਲਹਮਦੁਲਿਲਾ, ਠੀਕ ਹੈ ਨਾ। ਅਤੇ ਚਲੋ ਇਹ ਅੱਲਾਹ ਤਾਲਾ ਨੇ ਉਹਨਾਂ ਨੂੰ ਇਸ ਚੀਜ਼ ਦਾ ਅਜਰ ਮੇਰੇ ਰੱਬ ਦੀ ਜ਼ਾਤ ਨੇ ਦੇਣਾ, ਅਤੇ ਦੁਆਵਾਂ ਹਮੇਸ਼ਾ ਸਾਡੀਆਂ ਉਹਨਾਂ ਦੇ ਨਾਲ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਜਿਸ ਤਰ੍ਹਾਂ ਕਿ ਹੁਣ ਮਤਲਬ ਸਾਰਾ ਕੰਮ ਕੰਪਲੀਟ ਹੋ ਗਿਆ ਮਾਂ ਜੀ ਤੁਹਾਡਾ, ਠੀਕ ਹੈ ਨਾ। ਅਤੇ ਕੋਈ ਦਰਵਾਜ਼ਾ ਜਿਹੜਾ ਅੰਦਰਲਾ ਤੁਹਾਡਾ ਉਹ ਮਤਲਬ ਉਹ ਵੀ ਹੋ ਗਿਆ ਕਿ ਸਮਝੋ ਇੱਕ ਕਿਸਮ ਦਾ ਉਹ ਵੀ ਹੋ ਚੁੱਕਿਆ ਵਾ, ਠੀਕ ਹੈ ਨਾ। ਜਦੋਂ ਕਹਿ ਦਿੱਤਾ ਤੇ ਹੋ ਗਿਆ, ਦਰਵਾਜ਼ਾ ਵੀ ਹੋ ਚੁੱਕਿਆ। ਤੇ ਬਾਕੀ ਅੱਲਾ ਖੈਰ ਕਰੇ, ਹੋਰ ਕੋਈ ਸ਼ੈ ਕਿਸੇ ਚੀਜ਼ ਦੀ ਕਮੀ ਰਹਿ ਗਈ ਹੋਵੇ? ਹੋਰ ਬੇਟਾ ਉਹ ਕੋਠਾ ਬਣਾ ਲਈਏ, ਬਣਾਉਣਾ ਮਕਾਨ ਬਣਾਉਣਾ, ਮਕਾਨ ਦੀ ਉਹ ਮੈਂ ਗੱਲ ਕਰ ਦਿੱਤੀ ਆ ਕਿ ਇਹ ਮਕਾਨ ਨਾ ਇੱਕ ਨਹੀਂ, ਇਸ ਤਰ੍ਹਾਂ ਦੇ ਮਤਲਬ ਨਾ ਉਹ ਜਿਹੜਾ ਨਾ ਛੋਟੇ ਛੋਟੇ ਹੀ ਬਣ ਜਾਣੇ, ਟਰਾਲੀ ਹੋਰ ਇੱਟ ਦੀ, ਠੀਕ ਹੈ ਨਾ। ਟਰਾਲੀ ਤਾਂ ਪੱਕੀ ਲੱਗ ਜਾਂਦੀ ਹੈ, ਠੀਕ ਹੈ ਨਾ, ਟਰਾਲੀ ਇੱਟ ਦੀ। ਬਾਕੀ ਸੀਮਿੰਟ ਵਗੈਰਾ ਤੇ ਛੱਤ, ਠੀਕ ਹੈ ਨਾ, ਰੇਤ ਪਈ ਹੋਈ ਆ, ਠੀਕ ਹੈ ਨਾ, ਛੱਤ ਦਾ ਇੰਤਜ਼ਾਮ, ਉਹਦੇ ਵਾਸਤੇ ਇੰਨਾ ਕੁਛ ਕਰਨਾ ਪੈਣਾ। ਚਲੋ ਅੱਛਾ, ਉਹ ਤੇ ਇੱਕ ਪੱਕਰ ਦੇ ਨਾਲ ਨਾ ਫਿਲਹਾਲ ਤੁਹਾਡਾ ਪੜਦਾ ਸੀਗਾ, ਠੀਕ ਹੈ ਨਾ। ਤੇ ਸਾਡੀ ਮਾਂ ਸੀ ਬਾਹਰੋਂ, ਜਿਸ ਤਰ੍ਹਾਂ ਕਿ ਮੈਂ ਹਰ ਵੀਡੀਓ ਦੇ ਵਿੱਚ ਹੀ ਦੱਸਦਾ ਪਿਆ ਵਾ, ਉਹਨੇ ਤੁਹਾਡਾ ਇੰਨਾ ਬੜਾ ਕਰਕੇ ਦਿੱਤਾ ਵਾ, ਬਸ ਉਹਨਾਂ ਵਾਸਤੇ ਦੁਆ ਕਰਨੇ ਆ। ਅੱਲਾ ਉਹਨਾਂ ਨੂੰ ਇੰਨਾ ਦਿੱਤਾ ਹੈ, ਲੋੜ ਦੀ ਥੋੜ ਨਾ ਦੇਵੇ, ਉਹਨਾਂ ਨੂੰ ਦਿੱਤਾ ਹੈ, ਉਹਨਾਂ ਸਾਨੂੰ ਦਿੱਤਾ ਹੈ, ਉਹਨਾਂ ਵਾਸਤੇ ਦੁਆ ਕਰਦੇ ਅੱਲਾ ਉਹਨਾਂ ਨੂੰ ਹੋਰ ਦੇਵੇ, ਮੈਂ ਦੁਗਣਾ ਤਿਗਣਾ ਦੇਵੇ, ਦੁਗਣਾ ਤਿਗਣਾ ਦੇਵੇ, ਆਮੀਨ। ਔਰ ਮੈਂ ਤਾਂ ਅੱਗੇ ਕਹਿੰਦਾ ਕਿ ਦਿੰਦਿਆਂ ਨੂੰ ਰੱਬ ਦਿੰਦਾ, ਦਿੰਦਿਆਂ ਨੂੰ ਰੱਬ ਦਿੰਦਾ, ਠੀਕ ਹੈ ਨਾ। ਤੇ ਬਾਕੀ ਅੱਲਾ ਖੈਰ ਕਰੇ,
ਕੋਈ ਨਹੀਂ ਜਿਹੜਾ ਤੁਹਾਡਾ ਪਰਦੇ ਵਗੈਰਾ ਸਾਰੇ ਸੀਗੇ ਤੁਹਾਡੀ ਬੇਟੀ ਵੀ ਘਰ ਆ ਗਈ ਠੀਕ ਹੈ ਨਾ ਬੇਟੀ ਵੀ ਆ ਗਈ ਠੀਕ ਹੈ ਨਾ ਹੁਣ ਸੈਪਰੇਟ ਠੀਕ ਹੈ ਨਾ ਸਿਰਫ ਇੱਕ ਸੈਪਰੇਟ ਤੁਹਾਡਾ ਇਹ ਰਹਿ ਗਿਆ ਕੈਮਰਾ ਮਾਰ ਕੇ ਦਿਖਾਈ ਦਰਵਾਜ਼ੇ ਵਾਲਾ ਦਰਵਾਜ਼ਾ ਰਹਿ ਗਿਆ ਦਰਵਾਜ਼ਾ ਤੁਸੀਂ ਅੱਜ ਦੀ ਰਾਤ ਨਹੀਂ ਬੰਦ ਕਰਨਾ ਹੈਗਾ ਸਵੇਰੇ ਮੈਂ ਆਵਾਂਗਾ ਮੈਂ ਫਲੋ ਜਿਹੜੀਆਂ ਇੱਟਾਂ ਹੈਗੀਆਂ ਨਾ ਠੀਕ ਹੈ ਨਾ ਮੈਂ ਦੇਖ ਕੇ ਤੁਸੀਂ ਆਪ ਨਾ ਕੱਢੀਓ ਮੈਂ ਦੇਖਾਂਗਾ ਖੁਦ ਬਕਾਇਦਾ ਹਾਂ ਮੈਂ ਦੇਖਾਂਗਾ ਕਿ ਮਸਲੇ ਨੂੰ ਮਤਲਬ ਹਿਲਦਾ ਹੁਲਦਾ ਤਾਂ ਨਹੀਂ ਹੈ ਠੀਕ ਹੈ ਨਾ ਕਿ ਪੱਕਾ ਹੋ ਗਿਆ ਜੇ ਪੱਕਾ ਹੋ ਗਿਆ ਹੋਇਆ ਤਾਂ ਇੱਟਾਂ ਕੱਢ ਕੇ ਜਿਵੇਂ ਮਰਜ਼ੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰਕੇ ਸਕੂਨ ਨਾਲ ਆਪਣੇ ਅੰਦਰ ਬੈਠ ਸਕਦੇ ਹਾਂ ਠੀਕ ਹੈ ਨਾ ਬਾਕੀ ਤੁਹਾਡੇ ਆ ਐਸ ਟੀ ਦੇ ਸਟੈਂਡ 'ਤੇ ਰਹਿ ਗਏ ਤਿੰਨ ਵਾਰ ਉਹ ਇਨਸ਼ਾਅੱਲਾ ਸੁਬਹਾ ਜੁਮਾ ਮਿਸਤਰੀ ਮਜ਼ਦੂਰ ਸਾਰੇ ਛੁੱਟੀ ਕਰਦੇ ਆ ਠੀਕ ਹੈ ਨਾ ਠੀਕ ਹੈ ਨਾ ਬਾਬਾ ਜੀ ਅਤੇ ਹਫ਼ਤੇ ਵਾਲੇ ਦਿਨ ਇਨਸ਼ਾਅੱਲਾ ਕਰਾਂਗੇ ਤੁਸੀਂ ਕਦ ਤੋਂ ਰੋਂਦੇ ਆ ਇਹ ਇੰਨੇ ਛੋਟੇ ਦਿਲ ਨਹੀਂ ਕਰੀਦੇ ਹੁੰਦੇ ਅੱਲਾਹ ਤਾਲਾ ਨੇ ਬਹੁਤ ਸਾਰੇ ਵਸੀਲੇ ਬਣਾਏ ਹੋਏ ਵਾ ਬਿਲਕੁਲ ਜੀ ਦੇਖੋ ਬਹੁਤ ਸਾਰੇ ਰੱਬ ਨੇ ਹੀਲੇ ਵਸੀਲੇ ਕੀਤੇ ਹੋਏ ਵਾ ਕਿ ਅੱਲਾਹ ਤਾਲਾ ਸੁਣਨ ਵਾਲਾ ਵਾ ਜੇਕਰ ਉਹ ਕੀ ਕਹਿੰਦੇ ਵਾ ਕਿ ਜਿਹਦਾ ਕੋਈ ਨਹੀਂ ਹੈ ਨਾ ਉਹਦਾ ਰੱਬ ਜ਼ਰੂਰ ਹੁੰਦਾ ਵਾ ਠੀਕ ਹੈ ਨਾ ਮੈਂ ਇੱਕ ਦੇਖੋ ਕਿ ਤੁਸੀਂ ਮੈਨੂੰ ਜਾਣਦੇ ਤਾਂ ਨਹੀਂ ਸੀਗੇ ਮੈਂ ਤੁਹਾਨੂੰ ਨਹੀਂ ਜਾਣਦਾ ਸੀ ਤੁਸੀਂ ਆ ਕੇ ਇੱਥੇ ਬੈਠੇ ਤੁਸੀਂ ਗੱਲ ਕੀਤੀ ਮੈਂ ਤੁਹਾਡੀ ਵੀਡੀਓ ਬਣਾਈ ਠੀਕ ਹੈ ਨਾ ਅਤੇ ਜਿਹੜਾ ਹੋਵੇ ਨਾ ਦੁਖੀ ਅਤੇ ਜਿਹਨੂੰ ਹੋਵੇ ਜ਼ਰੂਰਤ ਅਤੇ ਅੱਲਾਹ ਤਾਲਾ ਉਹਦੀ ਖੁਦ ਹੀ ਸੁਣ ਲੈਂਦਾ ਠੀਕ ਹੈ ਨਾ ਅਤੇ ਬਾਕੀ ਤੁਸੀਂ ਇਸ ਚੀਜ਼ 'ਤੇ ਨਾ ਦਿਲ ਥੋੜ੍ਹਾ ਕਰਿਆ ਕਰੋ ਨਾ ਰੋਏ ਰੋਣ ਵਾਲਾ ਨਾ ਕੰਮ ਇੰਨਾ ਕਰਿਆ ਕਰੋ ਹੁਣ ਦਿਲ ਵੱਡਾ ਕਰਿਆ ਕਰੋ ਸਗੋਂ ਤੁਹਾਨੂੰ ਸਗੋਂ ਤੁਹਾਡਾ ਮਸਲਾ ਮਾਸ਼ਾਅੱਲਾ ਕੰਮ ਸਾਰਾ ਬਿਲਕੁਲ ਜੀ ਬਿਲਕੁਲ ਉਹ ਸਾਡੀ ਮਾਂ ਵਾ ਤੁਹਾਡੀ ਤਾਂ ਭੈਣਾਂ ਵਗਰੀ ਆ ਠੀਕ ਹੈ ਨਾ ਸਾਡੀ ਤਾਂ ਮਾਂ ਵਾਂ ਬਣੀ ਹੋਈ ਠੀਕ ਹੈ ਨਾ ਅਤੇ ਅੱਲਾਹ ਤਾਲਾ ਉਹਨਾਂ ਤੰਦਰੁਸਤੀ ਦੇਵੇ ਕਾਫੀ ਜ਼ਿਆਦਾ ਮਸਲ ਉਹਨਾਂ ਨੇ ਨਾ ਨਾਲ ਹੈਲਪ ਵੀ ਕਾਫੀ ਜਗ੍ਹਾ 'ਤੇ ਕੀਤੀ ਵਾ ਪਿੱਛੇ ਜੇ ਰਮਜ਼ਾਨ ਦੇ ਵਿੱਚ ਵੀ ਅਫਤਾਰੀਆਂ ਵਗੈਰਾ ਉਹਨਾਂ ਨੇ ਕਰਵਾਈਆਂ ਵਾ ਮਸਲ ਇਸ ਤਰ੍ਹਾਂ ਦੇ ਨਾ ਮਸਲਨ ਬੜ ਚੜ ਕੇ ਅਲਹਮਦੁਲਿਲਾ ਉਹ ਹਿੱਸਾ ਲੈਂਦੀ ਆ ਮੇਰੀ ਮਾਂ ਕਿ ਉਹਨੂੰ ਅੱਲਾਹ ਤਾਲਾ ਨੇ ਇਸ ਕਾਬਲ ਕੀਤਾ ਹੋਇਆ ਕਿ ਅੱਲਾਹ ਤਾਲਾ ਉਹਨਾਂ ਦਾ ਦਿੱਤਾ ਹੋਇਆ ਆਪਣੀ ਬਾਰਗਾਹ 'ਚ ਕਬੂਲੋ ਮਨਜ਼ੂਰ ਕਰੇ ਠੀਕ ਹੈ ਨਾ ਅਤੇ ਉਹ ਇਸ ਕਾਬਲ ਕੀਤਾ ਕਿ ਉਹ ਫਿਰ ਵੀ ਦੇ ਲਓ ਕਿ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਨਾ ਕਿ ਇਹ ਜਗ੍ਹਾ ਲੱਗਣ ਵਾਲੀ ਆ ਠੀਕ ਹੈ ਨਾ ਅਤੇ ਉੱਥੇ ਲਾਉਂਦੇ ਆ ਔਰ ਇਹ ਲਵਾਉਂਦਾ ਕੌਣ ਆ ਮੇਰਾ ਰੱਬ ਠੀਕ ਹੈ ਨਾ ਉਹ ਅੱਲਾਹ ਦੀ ਜ਼ਾਤ ਹੈ ਹਾਂਜੀ ਤੰਦਰੁਸਤੀ ਦੇਵੇ ਉਹਨੂੰ ਸਿਹਤ ਦੇਵੇ ਉਹਨੂੰ ਅੱਲਾਹ ਦੁਆ ਕਰਦੇ ਉਹਨੂੰ ਅੱਲਾਹ ਦੁਗਣਾ ਤਿਗਣਾ ਦੇਵੇ ਆਮੀਨ ਹਾਂਜੀ ਅੱਲਾਹ ਹਰ ਇੱਕ ਨੂੰ ਨਸੀਬ ਕਰੇ ਖਾਣਾ ਹਟਾਉਣਾ ਅੱਲਾਹ ਮੀਆਂ ਉਹਦੇ ਸ਼ੋਹਰ ਨੂੰ ਤੰਦਰੁਸਤੀ ਦੇਵੇ ਉਹਨੂੰ ਤੰਦਰੁਸਤੀ ਦੇਵੇ ਆਮੀਨ ਹੱਕ ਲਾਲ ਦੀ ਜ਼ਰੂਰ ਬਿਸਮਿਲਲਾਹ ਰਹਿਮਾਨ ਰਹਿਮ ਦੂਸਰੀ ਖਤਮ ਸੱਦੇ ਦਾ ਮੁਹੰਮਦ ਨਵਾਰ ਵਾਲੇ ਮੁਹੰਮਦ ਕਮਾ ਸੱਲੇ ਤਾਲਾ ਇਬ੍ਰਾਹਿਮ ਵਾਲ ਵਾਲੇ ਇਬ੍ਰਾਹਿਮ ਇਹਨਾਂ ਦਾ ਮਿੱਤਰ ਜੀ ਕੱਲਾ ਮੁਬਾਰਕ ਕਾਲ ਮੁਹੰਮਦ ਨਵਾਰ ਵਾਲੇ ਮੁਹੰਮਦ ਕਮਾ ਵਾਰ ਕਾਲਾ ਇਬ੍ਰਾਹਿਮ ਵਾਲ ਵਾਲੇ ਇਬ੍ਰਾਹਿਮ ਇਹਨਾਂ ਦਾ ਮਿੱਤਰ ਜੀ ਯਾ ਮਾਲਕਾ ਸਾਡੀ ਦੁਆ ਮੰਗੀ ਕਬੂਲ ਕਰੀ ਯਾ ਮਾਲਕਾ ਤਿਗਣਾ ਤਿਗਣਾ ਦੇਵੀ ਯਾ ਮਾਲਕਾ ਹਰ ਇੱਕ ਦੀ ਤੰਦਰੁਸਤੀ ਦੇਵੀ ਯਾ ਮਾਲਕਾ ਜਿਹੜੀ ਭੈਣ ਨੇ ਸਾਡੇ ਵਾਸਤੇ ਮਦਦ ਕੀਤੀ ਇਹਨੂੰ ਦੁਗਣਾ ਤਿਗਣਾ ਦੇਵੀ ਯਾ ਮਾਲਕਾ ਜੀ ਬੰਦੇ ਦੀ ਚੋਰ ਤਬੀਅਤ ਸਹੀ ਹੋ ਜਾਏ ਮਾਸ਼ਾਅੱਲਾ ਤੰਦਰੁਸਤੀ ਹੋਵੇ ਠੀਕ ਠਾਕ ਹੋਵੇ ਤੁਰਿਆ ਫਿਰੇ ਮਾਸ਼ਾਅੱਲਾ ਘਰ 'ਚ ਸਹੀ ਲੱਗੇ ਯਾ ਮਾਲਕਾ ਉਹ ਭੈਣ ਦੀ ਵੀ ਤੰਦਰੁਸਤੀ ਕਰੀ ਉਹਨੂੰ ਦੁਗਣਾ ਤਿਗਣਾ ਦੇਵੀ ਲਾ ਲੈ 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 ਮੁਹੰਮਦ ਰਸੂਲ ਬਾਕੀ ਅੱਲਾਹ ਖੈਰ ਕਰੇ ਇਨਸ਼ਾਅੱਲਾ ਇਨਸ਼ਾਅੱਲਾ ਹੁਣ ਤੁਸੀਂ ਮਸਲਨ ਆਪਣਾ ਘਰ ਦੇ ਵਿੱਚ ਸੈਪਰੇਟ ਹੋ ਗਿਆ ਬਾਹਰ ਮਿੱਟੀ ਦੀ ਟਰਾਲੀ ਆ ਉਹ ਹੁਣ ਸ਼ਾਮ ਦਾ ਟਾਈਮ ਹੋ ਚੁੱਕਿਆ ਵਾ ਠੀਕ ਹੈ ਨਾ ਅਲੀ ਵੀ ਤੁਹਾਡਾ ਘਰ ਵਾ ਠੀਕ ਹੈ ਨਾ ਬਾਕੀ ਬਾਬਾ ਜੀ ਹੁਣੇ ਆਪ ਹੀ ਇਹਨਾਂ ਮਸਲਨ ਥੋੜ੍ਹਾ ਥੋੜ੍ਹਾ ਲੱਗੇ ਰਹਿੰਦੇ ਮਿੱਟੀ ਹੋਇਆ ਕਰ ਲਈ ਉਰਿਆ ਕਰ ਲਿਆ ਪਰੇ ਕਰ ਲਿਆ
ਆਪ ਲੱਗੇ ਰਹਿੰਦੇ। ਮੈਂ ਕਿਸੋ ਬਾਬੇ ਜੀ ਕਈ ਵਾਰੀ ਕਿਹਾ ਕਿ ਤੁਸੀਂ ਛੱਡ ਦਿਓ, ਬਸ ਹੋ ਜਾਏਗਾ, ਕੋਈ ਨਹੀਂ ਖੈਰ ਆ, ਅੱਲਾ ਕੀਤੇ ਆਸਤਾ ਆਸਤਾ ਹੋ ਜਾਏਗਾ। ਅਤੇ ਬਾਕੀ ਤੁਸੀਂ ਮਤਲਬ ਹੁਣ ਸ਼ਾਮ ਦਾ ਟਾਈਮ ਨਾ, ਅਲੀ ਹੈਗਾ ਵਾ ਤੁਹਾਡੇ ਕੋਲ, ਇਹਨਾਂ ਦੇ ਮੇਰੇ ਬੇਟੇ ਦਾ ਨਾਮ ਹੀ ਅਲੀ ਆ, ਇਹਨਾਂ ਦੇ ਬੇਟੇ ਦਾ ਨਾਮ ਹੀ ਅਲੀ ਆ, ਠੀਕ ਹੈ ਨਾ। ਉਹ ਇਹ ਵੀ ਭੁਲੇਖਾ ਮੈਂ ਕੱਢ ਦਿੰਦਾ, ਕਿਉਂਕਿ ਬਾਅਦ ਟਾਈਮ ਕਮੈਂਟ ਆ ਜਾਂਦਾ ਕਿ ਤੁਹਾਡੇ ਅਲੀ, ਤੁਹਾਡਾ ਅਲੀ ਤਾਂ ਬਹੁਤ ਛੋਟਾ ਵਾ, ਨਹੀਂ ਮੇਰਾ ਅਲੀ ਹੈਗਾ 7-8 ਸਾਲਾਂ ਦਾ, ਠੀਕ ਹੈ ਨਾ। ਇਹਨਾਂ ਦਾ ਅਲੀ ਮਾਸ਼ਾਅੱਲਾ 13-14 ਸਾਲਾਂ ਦਾ, 15 ਸਾਲਾਂ ਦਾ ਵਾ, ਠੀਕ ਹੈ ਨਾ। ਅਤੇ ਮਤਲਬ ਕੰਮ ਸ਼ੰਮ ਥੋੜ੍ਹਾ ਬਹੁਤਾ ਕਰ ਸਕਦਾ, ਠੀਕ ਹੈ। ਅਤੇ ਬਾਕੀ ਮਾਸ਼ਾਅੱਲਾ ਉਹ ਜਾਂਦਾ ਜਦੋਂ ਆਉਂਦਾ ਵਾ, ਔਰ ਆ ਕੇ ਨਾਲ ਮਾੜਾ ਚੰਗਾ ਜਿੰਨਾ ਜੋਗਾ ਵੀ ਹੈਗਾ ਵਿਚਾਰਾ ਕਰਦਾ ਵਾ, ਹਲੇ ਆਇਆ ਤਾਂ ਬੱਚਾ ਹੀ ਆ, ਠੀਕ ਹੈ ਨਾ, ਲੇਕਿਨ ਨਾਲ ਜਿੰਨ ਜੋਗਾ ਹੈਗਾ ਕਰਦਾ ਵਾ। ਅਤੇ ਔਰ ਵੈਸੇ ਵੀ ਨਾ ਦਿਮਾਗ ਤੋਂ ਵੀ ਨਾ ਮਤਲਬ ਪੂਰਾ ਸੂਰਾ ਜਿਹਾ ਵਾ, ਠੀਕ ਹੈ ਨਾ। ਅਤੇ ਬਾਕੀ ਅੱਲਾ ਖੈਰ ਕਰੇ, ਉਹਨੂੰ ਤੁਸੀਂ ਬਾਬਾ ਜੀ ਕਹਿ ਦੇਣਾ ਕਿ ਇਹਨੂੰ ਨਾ ਮਿੱਟੀ ਜਿਹੜੀ ਨਾ ਥੋੜ੍ਹੀ ਥੋੜ੍ਹੀ ਨਾ ਚੁੱਕ ਕੇ ਅੰਦਰ ਨਾ ਪਾਉਂਦੇ ਰਹਿਣਾ, ਠੀਕ ਹੈ ਨਾ। ਆਪਣੇ ਰੈਂਪ ਜੋਗੀ ਬਾਹਰ ਰੱਖ ਲੈਣੀ, ਬਾਕੀ ਅੰਦਰ ਲਿਆ ਕੇ ਸਿੱਧਾ ਪੱਧਰਾ ਕਰ ਦੇਣਾ, ਤਾਂ ਕਿ ਹਫ਼ਤੇ ਵਾਲੇ ਦਿਨ ਜਦੋਂ ਮਿਸਤਰੀ ਆਉਣਾ ਨਾ, ਠੀਕ ਹੈ ਨਾ, ਮਿਸਤਰੀਆਂ ਦੀ ਅੱਗੋਂ ਚਾਲ ਬਣੀ ਹੋਵੇ, ਤੁਹਾਡਾ ਵਾਸ਼ਰੂਮ ਵਗੈਰਾ ਇੱਧਰਲਾ ਜਿਹੜਾ ਸਾਰਾ ਹੈਗਾ ਵਾ ਇਹ ਕੰਪਲੀਟ ਹੋ ਜਾਵੇ, ਠੀਕ ਹੈ। ਅੱਛਾ ਜੀ, ਅਸੀਂ ਇੱਥੇ ਅੱਲਾ ਖੈਰ ਕਰੇ ਲੈਂਦੇ ਵੀਡੀਓ ਦੀ ਇਜਾਜ਼ਤ, ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਅਤੇ ਨਮਾਜ਼ਾਨ ਦਾ ਟਾਈਮ ਆ, ਫਿਰ ਜਾ ਕੇ ਨਮਾਜ਼ ਵੀ ਪੜ੍ਹਨੀ ਆ। ਅਤੇ ਰਹੀ ਜ਼ਿੰਦਗੀ ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ, ਅਤੇ ਵੀਡੀਓ ਅਗਰ ਤੁਹਾਡੀ ਅੱਛੀ ਲੱਗਦੀ ਹੈ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ, ਤਾਂ ਕਿ ਇਹੋ ਜਿਹੇ ਜਿਹੜੇ ਬਜ਼ੁਰਗ ਹੈ ਇਹਨਾਂ ਦਾ ਕੋਈ ਮਸਲਨ ਕਿਸੇ ਕੋਲ ਮਸਲਨ ਹੁੰਦੀ ਵਾ ਕਿ ਪਹੁੰਚ ਹੁੰਦੀ ਵਾ, ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਅਸੀਂ ਕਿੱਥੇ ਲਾਉਣੇ ਆ, ਠੀਕ ਹੈ ਨਾ। ਤਾਂ ਉਹਨਾਂ ਨੂੰ ਇਹੋ ਜਿਹੇ ਜਦੋਂ ਉਹਨਾਂ ਦੇ ਸਾਹਮਣੇ ਜਾਵੇ ਨਾ, ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹੱਕਦਾਰ ਆ, ਠੀਕ ਹੈ ਨਾ। ਅਤੇ ਚਲੋ, ਅੱਛਾ, ਅੱਲਾ ਖੈਰ ਕਰੇ, ਫਿਰ ਇਸ ਕਰਕੇ ਲਾਜ਼ਮਨ ਕਰਦਾ ਕਰੋ, ਰੱਬ ਸੁਣਨ ਦੇ ਹਵਾਲੇ, ਅੱਲਾ ਹਾਫਿਜ਼, ਅੱਲਾ ਹਾਫਿਜ਼।